ਸਤਿ ਸ਼੍ਰੀ ਅਕਾਲ ਪ੍ਰੋਗਰਾਮ ਖਰੀਆਂ ਗੱਲਾਂ 'ਚ ਤੁਹਾਡਾ ਸਵਾਗਤ ਹੈ ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅੱਜ ਕੱਲ੍ਹ ਪੰਜਾਬ ਦੇ ਵਿੱਚ ਕਿ ਪੂਰੇ ਵਿਸ਼ਵ ਦੇ ਸਿੱਖ ਜਗਤ ਦੇ ਵਿੱਚ ਇੱਕ ਖਾਸ ਚਰਚਾ ਦਾ ਕੇਂਦਰ ਬਣਿਆ ਹੋਇਆ ਹੈ ਪ੍ਰੋਫੈਸਰ ਦਰਸ਼ਨ ਸਿੰਘ ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਨੇ ਅਮਰੀਕਾ ਦੇ ਇੱਕ ਗੁਰਦੁਆਰੇ ਦੇ ਵਿੱਚ ਕੁਛ ਐਸੇ ਲਫ਼ਜ਼ ਬੋਲੇ ਜੋ ਕੋਈ ਸਿੱਖ ਨਹੀਂ ਸੁਣ ਸਕਦਾ ਪਰ ਜਦੋਂ ਅਸੀਂ ਉਹਨਾਂ ਨੂੰ ਇੱਥੇ ਬੁਲਾਇਆ ਇਸੇ ਸਟੂਡੀਓ 'ਚ ਇਸੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਯਾਦ ਹੋਵੇਗਾ ਉਹਨਾਂ ਨੇ ਇਹ ਕਿਹਾ ਕਿ ਮੈਂ ਐਸਾ ਗੁਰੂ ਦੀ ਨਿੰਦਾ ਨਹੀਂ ਕਰ ਸਕਦਾ ਮੈਂ ਐਸਾ ਕੁਛ ਨਹੀਂ ਕਿਹਾ ਪਰ ਉਹਨਾਂ ਨੇ ਇੱਕ ਇਲਜ਼ਾਮ ਲਾਇਆ ਉਹ ਲਾਇਆ ਗੁਰਚਰਨਜੀਤ ਸਿੰਘ ਲਾਂਬਾ 'ਤੇ ਕਿ ਉਹਨਾਂ ਨੇ ਮੈਂ ਜੋ ਕਿਹਾ ਸੀ ਉਹਨੂੰ ਟੈਂਪਰ ਕਰਕੇ ਸੀ ਡੀ ਬਦਲ ਕੇ ਜਾਂ ਸੀ ਡੀ ਨੂੰ ਐਡਿਟ ਕਰਕੇ ਉਹ ਪੋਰਸ਼ਨ ਕੱਢਤਾ ਜਿਹੜਾ ਇਹ ਗੱਲ ਨੂੰ ਸਾਫ਼ ਕਰਦਾ ਸੀ ਮੈਂ ਗੁਰੂ ਦੀ ਨਿੰਦਾ ਨਹੀਂ ਕੀਤੀ ਉਹਨਾਂ ਨੇ ਇੱਥੇ ਤੁਹਾਨੂੰ ਦੱਸਿਆ ਵੀ ਸੀ ਜੇ ਤੁਹਾਡੇ ਯਾਦ ਹੋਵੇ ਕਿ ਮੈਂ ਗੁਰੂ ਦੇ ਖਿਲਾਫ਼ ਇਸ ਕਰਕੇ ਸ਼ਬਦ ਕਹੇ ਕਿ ਮੈਂ ਇੱਕ ਸ੍ਰੀ ਦਸ਼ਮ ਗ੍ਰੰਥ ਦਾ ਹਵਾਲਾ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਮੈਂ ਕਿਹਾ ਸੀ ਮੇਰਾ ਗੁਰੂ ਐਸਾ ਨਹੀਂ ਹੋ ਸਕਦਾ ਇਹ ਲਫ਼ਜ਼ ਕਹਿੰਦਾ ਸੀ ਮੈਂ ਕੱਟ ਦਿੱਤੇ ਉਹੀ ਸ਼ਖਸ ਜਿਨ੍ਹਾਂ 'ਤੇ ਉਹਨਾਂ ਨੇ ਇਲਜ਼ਾਮ ਲਾਇਆ ਸੀ ਚਰਨਜੀਤ ਸਿੰਘ ਲਾਂਬਾ ਅੱਜ ਸਾਡੇ ਸਟੂਡੀਓ 'ਚ ਨੇ ਚਰਨਜੀਤ ਸਿੰਘ ਲਾਂਬਾ ਐਡਵੋਕੇਟ ਨੇ ਸਿੱਖ ਮਸਲਿਆਂ 'ਤੇ ਮਾਹਰ ਨੇ ਸਿੱਖ ਦੀ ਪਰਿਭਾਸ਼ਾ ਬਾਰੇ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਨੇ ਜਿਹੜੀ ਹੈ ਕਾਨੂੰਨੀ ਤੌਰ 'ਤੇ ਜਿਹੜਾ ਪੱਖ ਰੱਖਿਆ ਸੀ ਔਰ ਸ਼੍ਰੋਮਣੀ ਕਮੇਟੀ ਦੀਆਂ ਬਹੁਤ ਸਾਰੀਆਂ ਕਮੇਟੀਆਂ ਦੇ ਉਹ ਮੈਂਬਰ ਨੇ ਸ਼੍ਰੋਮਣੀ ਕਮੇਟੀ ਵੱਲੋਂ ਦੂਤ ਦੇ ਤੌਰ 'ਤੇ ਵਿਦੇਸ਼ਾਂ ਜਾ ਕੇ ਸਿੱਖ ਧਰਮ ਦੀ ਫਿਲਾਸਫੀ ਬਾਰੇ ਵਿਖਿਆਨ ਕਰ ਚੁੱਕੇ ਨੇ ਸੋ ਉਹਨਾਂ ਦਿਨਾਂ 'ਚ ਲਾਂਬਾ ਸਾਹਿਬ ਵੀ ਅਮਰੀਕਾ ਸੀ ਉਸੇ ਗੁਰਦੁਆਰੇ 'ਚ ਉਹਨਾਂ ਨੇ ਵੀ ਵਿਖਿਆਨ ਕੀਤਾ ਸੀ ਅਤੇ ਉਹ ਸਿਰਫ ਉਹਨਾਂ 'ਚ ਥੋੜ੍ਹੇ ਜਿਹੇ 4-5 ਦਿਨ ਦਾ ਫਰਕ ਸੀ ਅਤੇ ਸੀ ਡੀ ਉਹਨਾਂ ਕੋਲ ਪਹੁੰਚ ਗਈ ਸੀ ਇੱਥੇ ਤੱਕ ਤਾਂ ਸਭ ਕੁਛ ਠੀਕ ਹੈ ਕੀ ਸੀ ਡੀ ਉਹਨਾਂ ਨੇ ਬਦਲੀ ਇਹ ਸਾਰੀਆਂ ਗੱਲਾਂ ਅੱਜ ਅਸੀਂ ਕਰਾਂਗੇ ਲਾਂਬਾ ਸਾਹਿਬ ਨਾਲ ਲਾਂਬਾ ਸਾਹਿਬ ਤੁਹਾਡਾ ਸਵਾਗਤ ਹੈ ਸਟੂਡੀਓ ਵਿੱਚ ਜਿਸ ਤਰ੍ਹਾਂ ਮੈਂ ਗੱਲ ਕੀਤੀ ਇਹ ਇੰਟਰੋਡਕਸ਼ਨ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਇੱਥੇ ਆਏ ਉਹਨਾਂ ਨੇ ਕਿਹਾ ਉਹਨਾਂ 'ਤੇ ਇਲਜ਼ਾਮ ਲੱਗਿਆ ਸਭ ਨੂੰ ਪਤਾ ਹੈ ਕਿ ਉਹਨਾਂ ਨੇ ਉਹ ਸ਼ਬਦ ਕਹੇ ਕੋਈ ਵੀ ਬੰਦਾ ਦਰਸ਼ਕਾਂ ਨੂੰ ਅਸੀਂ ਟੀਵੀ 'ਤੇ ਦੱਸਣ ਤੋਂ ਵੀ ਗਰੇਜ਼ ਕਰਦੇ ਹਾਂ ਜਿਸ ਤਰ੍ਹਾਂ ਦੇ ਲਫ਼ਜ਼ ਉਹਨਾਂ 'ਤੇ ਇਲਜ਼ਾਮ ਲੱਗਿਆ ਕਿ ਉਹਨਾਂ ਨੇ ਗੁਰੂ ਦੀ ਨਿੰਦਾ ਕੀਤੀ ਉੱਥੇ ਲੇਕਿਨ ਉਹ ਕਹਿੰਦੇ ਮੈਂ ਗੁਰੂ ਦੀ ਨਿੰਦਾ ਨਹੀਂ ਕੀਤੀ ਇਹ ਸੀ ਡੀ ਤੁਸੀਂ ਟੈਂਪਰ ਕੀਤੀ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੇਸ਼ ਕੀਤੀ ਅਤੇ ਉਹਨਾਂ ਨੂੰ ਇਸ ਹਾਲਾਤ ਤੱਕ ਪਹੁੰਚਾਇਆ ਇਹ ਅਗਲੀ ਗੱਲ ਵੱਖਰੀ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਗਏ ਜਾ ਕੇ ਵੀ ਪੇਸ਼ ਨਹੀਂ ਹੋਏ ਸਿੰਘ ਸਾਹਿਬਾਨ ਦੇ ਸਾਹਮਣੇ ਉਹਨਾਂ ਨੇ ਆਪਣਾ ਜਿਹੜਾ ਸਪਸ਼ਟੀਕਰਨ ਹੈ ਉਹ ਸ੍ਰੀ ਅਕਾਲ ਸਾਹਿਬ ਦੇ ਗੋਲਕ 'ਤੇ ਰੱਖਿਆ ਉਹਨਾਂ ਦਾ ਇਹ ਕਹਿਣਾ ਸੀ ਕਿ ਇਹ ਸਾਰਾ ਕੁਛ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਹੋਣਾ ਚਾਹੀਦਾ ਕਿਉਂਕਿ ਸੰਗਤ ਜਿਹੜੀ ਹੈ ਉਹ ਵੱਡੀ ਹੈ ਉਹ ਕਹਿੰਦੇ ਜਦੋਂ ਮੈਂ ਅਕਾਲ ਤਖ਼ਤ ਦਾ ਜਥੇਦਾਰ ਸੀ ਮੈਂ ਵੀ ਸੰਗਤ ਦੇ ਸਾਹਮਣੇ ਸਰਦਾਰ ਸੁਰਜੀਤ ਸਿੰਘ ਨੂੰ ਬਰਨਾਲਾ ਨੂੰ ਬੁਲਾਇਆ ਸੀ ਇਹ ਉਹਨਾਂ ਦਾ ਆਪਣਾ ਪੱਖ ਹੈ ਲੇਕਿਨ ਤੁਹਾਡੇ ਨਾਲ ਜਿਹੜਾ ਤਾਲਕ ਰੱਖਦਾ ਉਹ ਤਾਂ ਇਹ ਰੱਖਦਾ ਤੁਹਾਨੂੰ ਸੀ ਡੀ ਨੂੰ ਜੇ ਕੀਤਾ ਉਹਨਾਂ ਦਾ ਇਲਜ਼ਾਮ ਤੁਹਾਨੂੰ ਟੈਂਪਰ ਕਰਨ ਦੀ ਕੀ ਲੋੜ ਪੈ ਗਈ ਜੇ ਕੀਤੀ ਜੇ ਨਹੀਂ ਕੀਤੀ ਤਾਂ ਤੁਹਾਡਾ ਪੱਖ ਕੀ ਹੈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਜੀ ਤੇ ਇਹਦੇ ਵਿੱਚ ਤੁਸੀਂ ਕਈ ਸਵਾਲ ਕਰ ਦਿੱਤੇ ਕਿ ਗੋਲਕ ਤੇ ਰੱਖੀ ਫਲਾਣਾ ਕੀਤਾ ਜਿਹਦਾ ਤੁਹਾਡੇ ਨਾਲ ਤਲਕ ਨਹੀਂ ਮੇਰਾ ਤਲਕ ਹੈਗਾ ਔਰ ਸਿੱਖ ਮੇਰਾ ਹਰ ਚੀਜ਼ ਨਾਲ ਤਲਕ ਹੈ ਜੀ ਸਵਾਲ ਇਹ ਹੈਗਾ ਕਿ ਜੇ ਇੱਕ ਲਫ਼ਜ਼ ਵਿੱਚ ਅਗਰ ਇੱਕ ਲਫ਼ਜ਼ ਵਿੱਚ ਕਹਿ ਲਿਆ ਜਾਏ ਕਿ ਚੋਰ ਜਿਹੜਾ ਉਲਟਾ ਇਲਜ਼ਾਮ ਲਾ ਰਿਹਾ ਕਿ ਇਹ ਜੱਜ ਦੋਸ਼ੀ ਹੈ ਦਰਅਸਲ ਤੁਸੀਂ ਆਪਣੇ ਸਵਾਲ ਦੇ ਵਿੱਚ ਬਹੁਤ ਚੰਗਾ ਕੀਤਾ ਦੋ ਗੱਲਾਂ ਕਹੀਆਂ ਕਿ ਜੋ ਦਰਸ਼ਨ ਸਿੰਘ ਮੰਨਿਆ ਮੈਂ ਲਫ਼ਜ਼ ਜਾਣ ਬੁੱਝ ਕੇ ਵਰਤ ਰਿਹਾ ਕਿਉਂਕਿ ਅਕਾਲ ਤਖ਼ਤ ਸਾਹਿਬ ਨੂੰ ਉਸ ਨੂੰ ਆਕੀ ਗੁਰੂ ਨਿੰਦਾ ਘਟੀਆ ਘਿਨੌਣੀ ਕਾਰਵਾਈ ਕਰਨ ਵਾਲਾ ਘਟੀਆ ਤੌਰ ਤੇ ਗੁਰੂ ਨਿੰਦਾ ਕਰਨ ਵਾਲਾ ਇਹ ਲਫ਼ਜ਼ ਨੂੰ ਖਿਤਾਬ ਮਿਲ ਚੁੱਕੇ ਹੈ ਜਿਹੜਾ ਬੰਦਾ ਗੁਰੂ ਦੀ ਨਿੰਦਾ ਕਰ ਸਕਦਾ ਉਹ ਕਿਸੇ ਸਤਿਕਾਰ ਦਾ ਪਾਤਰ ਨਹੀਂ ਰਿਹਾ ਪਹਿਲੀ ਗੱਲ ਦੂਸਰੀ ਗੱਲ ਜਿਹੜੇ ਲਫ਼ਜ਼ ਤੁਸੀਂ ਕਹੇ ਹੈ ਕਿ ਉਹਨੇ ਇਹ ਵੀ ਕਿਹਾ ਕਿ ਹਾਂ ਮੈਂ ਤਾਂ ਉਹ ਲਫ਼ਜ਼ ਬੋਲੇ ਸੀ ਪਰ ਇਹ ਦਸਮ ਗ੍ਰੰਥ ਦੇ ਹਵਾਲੇ ਨਾਲ ਬੋਲੇ ਸੀ ਉਹ ਇਸ ਗੱਲ ਨੂੰ ਕਿਹਾ ਜਾਂਦਾ ਫੋਟੋ ਜਿਹੜੀ ਹੈ ਬਾਂਦਰ ਦੀ ਦਿਖਾ ਦਈਏ ਤੇ ਆਵਾਜ਼ ਬੰਦੇ ਦੀ ਭਰ ਦਈਏ ਜਿਹੜੀ ਸੀ ਡੀ ਓਰਿਜਿਨਲ ਮੇਰੇ ਕੋਲ ਸੀ ਉਹੀ ਸੀ ਡੀ ਦਰਸ਼ਨ ਸਿੰਘ ਦੀ ਆਪਣੀ ਵੈਬਸਾਈਟ ਤੇ ਜਿਹੜੀ ਉਹਨਾਂ ਕੋਲ ਹੈ ਤੁਸੀਂ ਉਹਨਾਂ ਕੋਲੋਂ ਲੈ ਲਓ ਜਿਹੜੇ ਲਫ਼ਜ਼ ਅਸੀਂ ਕਹੇ ਹੈ ਦਿਖਾਏ ਹੈ ਜਿਹੜੇ ਲਫ਼ਜ਼ ਮੈਂ ਘੋਰ ਪਾਪ ਦਾ ਭਾਗੀ ਹਾਂ ਮੈਂ ਗੁਰੂ ਨਿੰਦਾ ਨਹੀਂ ਕਰ ਸਕਦਾ ਮੈਂ ਆਪਣੀ ਜ਼ਬਾਨ ਤੇ ਉਹ ਲਫ਼ਜ਼ ਨਹੀਂ ਲਿਆ ਸਕਦਾ ਕਿਉਂਕਿ ਮੈਨੂੰ ਪਤਾ ਜਿਸ ਦਿਨ ਉਹ ਲਫ਼ਜ਼ ਆ ਜਾਣਗੇ ਉਹਦੇ ਬਾਅਦ ਤੇ ਫਿਰ ਸਾਰੇ ਫਲੱਡ ਗੇਟ ਖੁੱਲ ਜਾਣਗੇ ਔਰ ਦਰਸ਼ਨ ਸਿੰਘ ਨੇ ਉਹ ਲਫ਼ਜ਼ ਵਰਤੇ ਔਰ ਨਾਲ ਇਹ ਲਫ਼ਜ਼ ਕਿਹਾ ਕਿ ਇਹ ਲਫ਼ਜ਼ ਦਸਮ ਗ੍ਰੰਥ ਦੇ ਵਿੱਚ ਹੈ
ਇਹ ਦੋਨੋਂ ਗੱਲਾਂ ਨਾਲ ਕਹੀਆਂ। ਸਵਾਲ ਇਹ ਹੈ ਕਿ ਅਸੀਂ ਸਾਡੇ ਪ੍ਰੋਗਰਾਮ ਨੇ ਉਹ ਸੀ ਡੀ ਦੇ ਉਹ ਲਫ਼ਜ਼ ਜਿਹੜੇ ਦਰਸ਼ਨ ਸਿੰਘ ਨੇ ਗੁਰੂ ਨਿੰਦਾ ਵਾਲੇ ਲਫ਼ਜ਼ ਕਿਹਾ ਕਿ ਦਸਮ ਗ੍ਰੰਥ ਵਿੱਚ ਹੈ, ਔਰ ਨਾਲ ਇਹ ਕਹਿ ਦਿੱਤਾ ਕਿ ਲਫ਼ਜ਼ ਗੁਰੂ ਦੇ ਨਹੀਂ ਹੋ ਸਕਦੇ, ਗੁਰੂ ਇਦਾਂ ਦਾ ਨਹੀਂ ਹੋ ਸਕਦਾ, ਨਾ ਦੋਨੋਂ ਗੱਲਾਂ ਬਿਲਕੁਲ ਮੈਂ ਕਹਿ ਰਿਹਾ, ਦੋਨੋਂ ਗੱਲਾਂ ਕਹਿ ਰਿਹਾ ਕਿ ਤੁਸੀਂ ਆਪਣੀ ਸੀ ਡੀ ਚੋਂ ਕੱਟਤੇ ਨਹੀਂ, ਮੈਂ ਇਹ ਕਹਿ ਰਿਹਾ ਕਿ ਅਸੀਂ ਪੂਰਾ ਦਿਖਾਇਆ ਕਿ ਇਹ ਦਸਮ ਗ੍ਰੰਥ ਦੇ ਵਿੱਚ ਲਫ਼ਜ਼ ਹੈਗੇ, ਤੁਸੀਂ ਅਕਾਲ ਤਖ਼ਤ ਸਾਹਿਬ ਤੇ ਪੇਸ਼ ਕੀਤੀ ਉਹ ਚੋਂ ਕੱਟਤੇ, ਉਹ ਤੇ ਕਿਹਾ ਨਹੀਂ, ਅਸੀਂ ਨਾਲ ਇਹ ਵੀ ਦਿਖਾਇਆ ਕਿ ਉਹਨੇ ਕਿਹਾ ਕਿ ਐਸੀਆਂ ਐਸੀਆਂ ਜਲਾਲਤ ਭਰੀਆਂ ਗੱਲਾਂ ਇਸ ਗ੍ਰੰਥ ਦੇ ਵਿੱਚ ਹੈ, ਇਹ ਸਾਰਾ ਦਿਖਾਇਆ, ਜਿਹੜਾ ਜਿੰਨਾ ਦਿਖਾਣਾ ਸੀ ਉਹ ਸਾਰਾ ਦਿਖਾਇਆ ਕਿ ਐਸੀਆਂ ਐਸੀਆਂ ਜਲਾਲਤ ਭਰੀਆਂ ਗੱਲਾਂ, ਇਤਨੀ ਇਸ ਤੋਂ ਸਖ਼ਤ ਲਫ਼ਜ਼ ਹੋਣਗੇ ਜਿਹੜੇ ਜਿਹੜੇ ਤੁਹਾਡੇ ਤੇ ਇਲਜ਼ਾਮ ਹੈ ਕਿ ਮੇਰਾ ਗੁਰੂ ਐਸਾ ਨਹੀਂ ਹੋ ਸਕਦਾ, ਉਹ ਸੀਡੀ ਇਹ ਜਲਾਲਤ ਭਰੇ ਲਫ਼ਜ਼ ਔਰ ਇਹ ਸਾਰਾ ਆਫਟਰ ਆਲ ਜਿਹੜੀ ਸੀਡੀ ਦੇ ਵਿੱਚ ਜਿਹੜੇ ਰੈਲੇਵੈਂਟ ਹੁੰਦੇ ਆ, ਡਾਕਟਰਡ ਹੋਣਾ ਉਹ ਹੋਰ ਚੀਜ਼ ਹੁੰਦੀ ਹੈ, ਰੈਲੇਵੈਂਟ ਪੋਰਸ਼ਨ ਅਸੀਂ ਬਿਲਕੁਲ ਕਲੀਅਰ ਕੀਤਾ ਔਰ ਇੱਕ ਵਾਰ ਨਹੀਂ 6 ਵਾਰੀ ਕਲੀਅਰ ਕੀਤਾ ਕਿ ਇਹ ਕਹਿ ਰਹੇ ਹੈ ਕਿ ਇਹ ਦਸਮ ਗ੍ਰੰਥ ਦੇ ਵਿੱਚ ਹੈਗੇ ਹੈ, ਇਹ ਲਫ਼ਜ਼ ਹੈਗੇ ਹੈ ਤੇ ਸਾਡਾ ਜਦੋਂ ਪ੍ਰੋਗਰਾਮ ਅਸੀਂ ਦਿਖਾਇਆ, ਮੈਂ ਤੁਹਾਨੂੰ ਸੀਕੁਐਂਸ ਉਸ ਤੋਂ ਪਹਿਲੇ ਦਾ ਦੱਸ ਦਿਆਂ, 16 ਅਗਸਤ 2009 ਨੂੰ ਮੇਰਾ ਪ੍ਰੋਗਰਾਮ ਸੀ ਰਾਚੈਸਟਰ ਸ਼ਹਿਰ ਦੇ ਗੁਰਦੁਆਰੇ ਵਿੱਚ, ਉੱਥੇ ਜਦੋਂ ਮੈਂ ਗਿਆ ਮੇਰਾ ਲੈਕਚਰ ਦੀ ਉਹਨਾਂ ਨੇ ਕਰਕੇ ਸੀ ਡੀ ਮੈਨੂੰ ਦੇ ਦਿੱਤੀ, 23 ਅਗਸਤ ਦੇ ਇਹਨਾਂ ਦਾ ਲੈਕਚਰ ਸੀ, ਉਹ ਉਹਨਾਂ ਨੇ ਸੀ ਡੀ ਜਿਸ ਵੇਲੇ ਦਿੱਤੀ ਔਰ ਉਹਦੇ ਵਿੱਚ ਇਤਨੇ ਵਾਹੀਆਤ ਘਟੀਆ ਜਿਹਨੂੰ ਅਕਾਲ ਤਖ਼ਤ ਸਾਹਿਬ ਨੇ ਲਫ਼ਜ਼ ਵਰਤੇ ਹੈ ਘਟੀਆ ਘਿਨਾਉਣੇ ਔਰ ਨਿੰਦਕ ਔਰ ਗੁਰੂ ਨਿੰਦਕ ਵਾਲੇ ਲਫ਼ਜ਼ ਜੀ ਅਕਾਲ ਤਖ਼ਤ ਸਾਹਿਬ ਨੇ ਉਹ ਲਫ਼ਜ਼ ਕਹੇ ਹੈ, ਸੋਚ ਕੇ ਕਹੇ, ਉਹਨਾਂ ਮਤਲਬ ਉਹਨਾਂ ਦੀ ਨਜ਼ਰ ਚ ਹੈਗੇ ਹੈ, ਉਹ ਉਹਨਾਂ ਨੇ ਲਫ਼ਜ਼ ਵਰਤੇ। ਅਸੀਂ ਉਸੇ ਪ੍ਰੋਗਰਾਮ ਦੇ ਵਿੱਚ ਬਾਰ ਬਾਰ ਕਿਹਾ ਕਿ ਪ੍ਰੋਫੈਸਰ ਸਾਹਿਬ ਤੁਸੀਂ ਇਹ ਲਫ਼ਜ਼ ਕਹੇ ਹੈ, ਤੁਸੀਂ ਆ ਕੇ ਸਪਸ਼ਟੀਕਰਨ ਦੇ ਸਕਦੇ ਹੋ, ਔਰ ਉਹਦੇ ਬਾਅਦ ਉਹਨਾਂ ਨੇ ਉਹ ਸਾਡੀ ਡਾਇਰੈਕਟਰ ਨੇ ਉਹਨਾਂ ਨੂੰ ਫੋਨ ਕੀਤੀ, ਇਹਨਾਂ ਦਾ ਜਵਾਬ ਸੀ ਕਿ ਮੈਂ 6 ਮਹੀਨੇ ਬਾਅਦ ਜਵਾਬ ਦਿਆਂਗਾ। ਜਦੋਂ ਰੋਲਾ ਕਾਫੀ ਪੈ ਗਿਆ, ਨੈਚੁਰਲੀ ਰੋਲਾ ਪੈਣਾ ਹੀ ਸੀਗਾ, ਕਾਫੀ ਜ਼ਿਆਦਾ ਜਿਸਰੇ ਰੋਲਾ ਪਿਆ, ਇਹਨਾਂ ਨੇ ਕਿਹਾ ਮੈਂ 6 ਮਹੀਨੇ ਬਾਅਦ ਜਵਾਬ ਦਿਆਂਗਾ, ਉਹ ਅਸੀਂ ਇਹਨਾਂ ਕਿਹਾ ਮੈਂ ਦਿੱਲੀ ਜਾ ਰਿਹਾ 17 ਮਾਰਚ ਤੋਂ ਬਾਅਦ ਆਵਾਂਗਾ, ਉਹ ਲਫ਼ਜ਼ ਅਸੀਂ ਦਿਖਾਏ, ਇਹਨਾਂ ਨੇ ਕਿਹਾ ਕਿ ਮੈਂ 1 ਹਫ਼ਤੇ ਬਾਅਦ ਆਵਾਂਗਾ, ਉਹ ਵੀ ਅਸੀਂ ਦਿਖਾ ਦਿੱਤੇ। ਜਦੋਂ ਇਹਨਾਂ ਨੇ ਫਿਰ ਕਿਹਾ ਕਿ ਹੁਣ ਮੈਂ ਕੱਲ ਆਵਾਂਗਾ, ਅੱਜ ਆਵਾਂਗਾ, ਵਾਪਸ ਮੈਂ ਆ ਗਏ ਸਟੂਡੀਓ, ਇਹ ਲਾਈਨ ਦੇ ਉੱਤੇ ਆਏ ਔਰ ਪੂਰੇ 71 ਮਿੰਟ ਪੂਰੀ ਸੀ ਡੀ ਅਵੇਲੇਬਲ ਹੈਗੀ ਹੈ, ਠੀਕ ਹੈ, 1 ਮਿੰਟ ਨਹੀਂ 2 ਮਿੰਟ ਨਹੀਂ, ਸਾਡਾ ਇਸ਼ੂ ਸਿਰਫ ਇੰਨਾ ਸੀ ਕਿ ਤੁਸੀਂ ਇਹ ਕਿਹਾ ਕਿ ਦਸਮ ਗ੍ਰੰਥ ਦੇ ਵਿੱਚ ਇਹ ਲਫ਼ਜ਼ ਹੈਗੇ ਹੈ, ਤੁਸੀਂ ਇਹ ਲਫ਼ਜ਼ ਜਿਹੜੇ ਇਹ ਮੰਨਦੇ ਹੋ ਕਿ ਗੁਰੂ ਨਿੰਦਾ ਵਾਲੇ ਹੈ, ਗੁਰੂ ਏਦਾਂ ਦਾ ਨਹੀਂ ਕਰ ਸਕਦਾ, ਤੁਸੀਂ ਇਹ ਕਹਿੰਦੇ ਹੋ, ਪਰ ਤੁਸੀਂ ਨਾਲ ਕਹਿ ਰਹੇ ਹੋ ਕਿ ਇਹ ਲਫ਼ਜ਼ ਦਸਮ ਗ੍ਰੰਥ ਚ ਹੈ, ਜੇ ਤਾਂ ਅਗਰ ਇਹ ਦਸਮ ਗ੍ਰੰਥ ਦੇ ਵਿੱਚ ਜਿਸ ਗ੍ਰੰਥ ਵਿੱਚ ਵੀ ਹੋਣ ਉਹ ਗ੍ਰੰਥ ਸਾੜ ਦੇਣ ਯੋਗ ਹੈ, ਜਿੱਥੇ ਵੀ ਇਹ ਲਫ਼ਜ਼ ਹੋਣ ਉਹ ਮੂੰਹ ਵੀ ਸਾੜ ਦੇਣ ਯੋਗ ਹੈ, ਪਰ ਜੇ ਨਹੀਂ ਹੈਗੇ ਤੁਸੀਂ ਸਿੰਪਲੀ ਇਹ ਕਹੋ ਕਿ ਇਹ ਲਫ਼ਜ਼ ਨਹੀਂ ਹੈਗੇ, ਤੁਹਾਡੀ ਆਪਣੀ ਇਮੈਜੀਨੇਸ਼ਨ ਨਾਲ ਇਹ ਤੁਸੀਂ ਲਫ਼ਜ਼ ਕਹੇ ਹੈ, ਪਰ ਉਹ ਕਿਸੇ ਗੱਲ ਦਾ ਕੋਈ ਜਵਾਬ ਨਹੀਂ ਦੇ ਰਹੇ, ਫਾਪਾ ਇੱਥੇ ਲਾਈਟ ਨਹੀਂ, ਇੱਥੇ ਬੱਤੀ ਨਹੀਂ, ਇੱਥੇ ਟੈਲੀਫੋਨ ਨਹੀਂ, ਮੈਂ ਸਾਰੀ ਰਾਤ ਜਾਗਦਾ ਰਿਹਾ, ਇੱਥੇ ਇਹ ਹੈ। 71 ਮਿੰਟ ਉਹ ਜਿਹੜਾ ਸੀਗਾ ਚੱਲਦਾ ਰਿਹਾ। ਇਸ ਦੌਰਾਨ ਇਹਨਾਂ ਨੇ ਇਹ ਵੀ ਕਿਹਾ, ਮੈਂ ਤੁਹਾਨੂੰ ਦੱਸ ਦਿਆਂ, ਹੋ ਸਕਦਾ ਕੱਲ ਦਾ ਕੀ ਹਾਲਾਤ ਹੁੰਦੇ ਹੈ, ਤੁਸੀਂ ਵੀ ਇੱਥੇ ਪ੍ਰੋਗਰਾਮ ਕਰ ਰਹੇ ਹੋ, ਇਹਨਾਂ ਨੇ ਕਿਹਾ ਕਿ ਮੇਰੇ ਬੰਦੇ ਬਾਹਰ ਖੜੇ ਹੈ, ਉੱਥੇ 30 ਤੋਂ 35 ਬੰਦੇ ਸਟੂਡੀਓ ਦੇ ਵਿੱਚ ਸੀਗੇ, ਜਿਹੜੀਆਂ ਗੰਦੀਆਂ ਤੋਂ ਗੰਦੀਆਂ ਗੱਲਾਂ, ਗੰਦੀਆਂ ਤੋਂ ਗੰਦੀ ਥ੍ਰੈਟਨਿੰਗ ਔਰ ਸਾਰੀ ਉਹਨਾਂ ਨੇ ਜਿਹੜੀਆਂ ਹੈਗੀਆਂ ਉੱਥੇ ਦਿੱਤੀਆਂ, ਅਸੀਂ ਅੱਗ ਲਾ ਦਾਂਗੇ, ਤੁਸੀਂ ਪ੍ਰੋਗਰਾਮ ਬੰਦ ਕਰੋ, ਤੁਸੀਂ ਇਹ ਕਰੋ, ਸਾਰਾ ਕਰੋ। ਪਰ ਜਿਹੜਾ ਅਸਲੀ ਮੁੱਦਾ ਸੀ, ਜਿਹੜੀ ਗੱਲ ਦਾ ਅੱਜ ਵੀ ਸਵਾਲ ਬੜਾ ਅੱਛਾ, ਉਹਦੇ ਬਾਅਦ ਗਰੇਵਾਲ ਸਾਹਿਬ ਹੈਗੇ ਆ ਸ਼ੇਰੇ ਪੰਜਾਬ ਅਖਬਾਰ ਵਾਲੇ, ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਤੁਸੀਂ ਇਹ ਲਫ਼ਜ਼ ਕਹੇ, ਕਹਿੰਦੇ ਮੈਂ ਕਹੇ, ਮੈਂ ਉਸ ਤੇ ਕਾਇਮ ਹਾਂ। ਉਹਨਾਂ ਨੇ ਕਿਹਾ ਜੇ ਕਾਇਮ ਹੋ ਤੁਸੀਂ ਇਹ ਦੱਸੋਗੇ ਦਸਮ ਗ੍ਰੰਥ ਵਿੱਚੋਂ ਕਿੱਥੇ ਹੈ, ਕਹਿੰਦੇ ਮੈਂ ਬਾਅਦ ਵਿੱਚ ਦੱਸਾਂਗਾ। ਸੋ ਸਵਾਲ ਹੈ ਕਿ ਜੇ ਇਸ਼ੂ ਬੜਾ ਸਿੰਪਲ ਹੈ ਕਿ ਉਹ ਲਫ਼ਜ਼ ਇਤਨੇ ਹੀ ਘਿਨਾਉਣੇ ਹੈ ਕਿ ਜਿਹੜਾ ਕੋਈ ਸਿੱਖ ਕੀ ਕੋਈ ਆਮ ਸਧਾਰਨ ਬੰਦਾ ਕਿਸੇ ਬਾਰੇ ਨਹੀਂ ਸੁਣ ਸਕਦਾ, ਇਤਨੇ ਚਰਿੱਤਰਹੀਣਤਾ ਦੇ ਲਫ਼ਜ਼ ਗੁਰੂ ਸਾਹਿਬ ਬਾਰੇ ਵਰਤ ਦੇਣੇ, ਔਰ ਅਗਰ ਹੈਗੇ ਹੈ ਤੇ ਉਹ ਲਫ਼ਜ਼ ਅਗਰ ਉਹ ਦਿਖਾ ਦਿੰਦੇ ਤੇ ਵੀ ਆਰ ਲਾਇਬਲ ਫਾਰ ਕੈਪੀਟਲ ਪਨਿਸ਼ਮੈਂਟ, ਅਸੀਂ ਕਿਸੇ ਵੀ ਦੋਸ਼ ਲਈ। ਪਰ ਜੇ ਨਹੀਂ ਹੈਗੇ, ਹੁਣ ਹੈਗੇ ਨਹੀਂ, ਇਹ ਸਹੀ ਹੈ, ਇਹ ਸਾਬਤ ਹੋ ਚੁੱਕਾ ਹੈ ਇਹਨਾਂ ਦੇ ਆਪਣੇ ਐਕਸ਼ਨ ਤੋਂ, ਇਨ ਐਕਸ਼ਨ ਤੋਂ, ਉਹ ਨਹੀਂ ਹੈ। ਹੁਣ ਇਹਨਾਂ ਨੂੰ ਅਕਾਲ ਤਖ਼ਤ ਸਾਹਿਬ ਨੇ ਸਿੰਪਲੀ ਇਹ ਕਿਹਾ, ਸਿੰਪਲ ਲਫ਼ਜ਼ ਸੀ ਕਿ ਤੁਸੀਂ ਇਹ ਬਹੁਤ ਘਟੀਆ ਘਿਨਾਉਣੇ ਗੰਦੇ ਲਫ਼ਜ਼ ਵਰਤੇ ਹੈ ਗੁਰੂ ਸਾਹਿਬ ਦੇ ਚਰਿੱਤਰ ਬਾਰੇ, ਸਾਨੂੰ ਇਹਦਾ ਸਪਸ਼ਟੀਕਰਨ ਦੇ ਦਿਓ। ਗੱਲ ਤੇ ਬੜੀ ਸਿੰਪਲ ਹੈ, ਜੇ ਮੈਂ ਮੇਰੇ ਤੇ ਤੁਸੀਂ ਇਲਜ਼ਾਮ ਲਾਇਆ ਮੈਂ ਕਹਾਂ ਹਾਂ ਜਾਂ ਨਾ, ਮੈਂ ਜੇ ਉਹਨਾਂ ਦੇ ਹੈ ਸੀ ਦੱਸ ਦਿੰਦੇ ਪੰਨਾ, ਪਰ ਇਹ ਕਰਨ ਦੀ ਬਜਾਏ ਲੇਕਿਨ ਜਿਹੜੀ ਤੁਹਾਡੇ ਨਾਲ ਤਾਲੁਕ ਰੱਖਦੇ ਗੱਲਾਂ ਨੇ ਅਸੀਂ ਉਹ ਕਰਾਂਗੇ, ਲੇਕਿਨ ਹੁਣ ਅਸੀਂ ਲਵਾਂਗੇ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ, ਦਰਸ਼ਕਾਂ ਦੇ ਵੀ ਤੁਹਾਡਾ ਵੀ। ਜਦੋਂ ਅਸੀਂ ਗੱਲ ਕਰ ਰਹੇ ਸੀ ਬ੍ਰੇਕ ਜਾਣ ਤੋਂ ਪਹਿਲਾਂ,
ਜਿਹੜੀ ਤੁਸੀਂ ਕਿਹਾ ਕਿ ਉਹਨਾਂ ਨੇ ਸਪਸ਼ਟੀਕਰਨ ਇਸ ਤਰ੍ਹਾਂ ਦਿੱਤਾ ਅਕਾਲ ਤਖ਼ਤ ਸਾਹਿਬ ਤੇ ਜਾਂ ਪੂਰਾ ਸਪਸ਼ਟੀਕਰਨ ਨਹੀਂ ਦਿੱਤਾ, ਪਰ ਮੈਂ ਇੱਕ ਤੁਹਾਡੇ ਕੋਲੋਂ ਸਪਸ਼ਟੀਕਰਨ ਚਾਹੁੰਦਾ ਹਾਂ। ਤੁਸੀਂ ਵੀ ਮੀਡੀਆ ਦੇ ਬੰਦੇ ਹੋ, ਅਸੀਂ ਹਰ ਰੋਜ਼ ਗੱਲਾਂ ਕਰਦੇ ਹਾਂ, ਤੁਸੀਂ ਵੀ ਉੱਥੇ ਪ੍ਰੋਗਰਾਮ ਕਰਦੇ ਹੋ, ਪਰ ਮੈਂ ਕਹਿੰਦਾ ਕਿ ਮੀਡੀਆ ਦੀ ਜਿਹੜੀ ਲੜਾਈ ਹੈ ਉਹ ਪਰਸਨਲ ਲੜਾਈ ਨਹੀਂ ਹੁੰਦੀ, ਬਿਲਕੁਲ ਨਹੀਂ ਹੁੰਦੀ। ਮੈਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਇੰਟਰਵਿਊ ਕੀਤਾ, ਮੈਂ ਤੁਹਾਨੂੰ ਵੀ ਇੰਟਰਵਿਊ ਕਰ ਰਿਹਾ, ਮੇਰੇ ਤੇ ਤੁਹਾਡੇ ਵਿਚਾਰ ਜਾਂ ਉਹਨਾਂ ਦੇ ਵਿਚਾਰ ਅਲੱਗ ਹੋ ਸਕਦੇ ਨੇ, ਨੈਚੁਰਲ ਹੈ, ਸੁਭਾਵਿਕ ਹੈ ਜੀ। ਲੇਕਿਨ ਇਉਂ ਲੱਗਦਾ ਹੈ ਕਿ ਗੁਰਚਰਨਜੀਤ ਸਿੰਘ ਲਾਂਬਾ ਔਰ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਇਸ ਮੁੱਦੇ ਤੇ ਦੋਨੇ ਨਿੱਜੀ ਤੌਰ ਤੇ ਲੜਾਈ ਲੜ ਰਹੇ ਨੇ, ਜਿਵੇਂ ਉਹ ਤੁਹਾਡੇ ਬਾਰੇ ਬੋਲ ਰਹੇ ਨੇ ਉਵੇਂ ਤੁਸੀਂ ਉਹਨਾਂ ਬਾਰੇ ਬੋਲ ਰਹੇ ਹੋ, ਇਹਦੇ ਪਿੱਛੇ ਕੀ ਕਾਰਨ? ਦੇਖੋ ਗੱਲ ਇਹ ਹੈ ਕਿ ਮੇਰਾ ਨਿੱਜੀ ਉਹਨਾਂ ਨਾਲ ਕਿਸੇ ਕਿਸਮ ਦਾ ਕੋਈ ਨਾ ਬਿਜ਼ਨਸ ਦਾ ਨਾ ਹੋਰ ਕੋਈ ਕਿਸੇ ਕਿਸਮ ਦੀ ਕੋਈ ਤਲਕ ਹੋ ਸਕਦਾ। ਹਾਂ, ਸਿਧਾਂਤਕ ਤੌਰ ਤੇ ਬਤੌਰੇ ਸਿੱਖ ਦੇ ਅਗਰ ਮੈਂ ਐਂਕਰ ਦੇ ਤੌਰ ਤੇ ਕੰਮ ਕੀਤਾ ਹੈ, ਪਰ ਉਹਦੇ ਨਾਲ ਮੈਂ ਸਿੱਖ ਵੀ ਹਾਂ, ਮੈਂ ਸਿੱਖ ਵੀ ਹਾਂ। ਜੇ ਮੇਰੇ ਸਾਹਮਣੇ ਮੇਰੇ ਗੁਰੂ ਦੀ, ਮੇਰੇ ਤਖਤਾਂ ਦੀ, ਮੇਰੀ ਬਾਣੀ ਦੀ, ਮੇਰੇ ਸਿਧਾਂਤ ਦੀ, ਮੇਰੀ ਉਸ ਚੀਜ਼ ਦੀ ਕੋਈ ਨਿੰਦਾ ਕਰੇ ਤੇ ਮੈਨੂੰ ਉਸਦਾ ਬਤੌਰੇ ਸਿੱਖ ਦੇ ਜਵਾਬ ਦੇਣ ਦਾ ਵੀ ਹੱਕ ਹੈ। ਜਿਵੇਂ ਮੇਰਾ ਇੱਕ ਮਿੱਤਰ ਹੈ, ਮੀਡੀਆ ਦਾ ਹੀ ਹੈ, ਬੜਾ ਸੀਰੀਅਸ ਹੈ, ਔਰ ਉਹਨੂੰ ਕਿਸੇ ਨੇ ਕਿਹਾ, ਕਹਿੰਦਾ ਮੈਂ ਸਿੱਖਾਂ ਬਾਰੇ ਇੱਕ ਮਜ਼ਾਕ ਜੋਕ ਸੁਣਾਉਣਾ, ਬੁਰਾ ਤਾਂ ਨਹੀਂ ਮੰਨੇਗਾ? ਕਹਿੰਦਾ ਬੁਰਾ ਤਾਂ ਨਹੀਂ ਮੰਨਾਂਗਾ, ਪਰ ਉਹਦੇ ਬਾਅਦ ਤੈਨੂੰ ਕੁੱਟਾਂਗਾ ਕਿ ਨਹੀਂ ਕੁੱਟਾਂਗਾ ਇਹਦੀ ਮੈਂ ਗਰੰਟੀ ਨਹੀਂ ਦਿੰਦਾ। ਸੋ ਸਵਾਲ ਇਹ ਹੈਗਾ ਕਿ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਸਪਸ਼ਟੀਕਰਨ ਦੀ, ਮੈਨੂੰ ਜ਼ਰੂਰ ਉਹਦਾ ਸਪਸ਼ਟੀਕਰਨ ਦੀ ਵੀ ਲੋੜ ਹੈ ਕਿ ਉਹ ਸਪਸ਼ਟੀਕਰਨ ਤੁਸੀਂ ਕਹਿੰਦੇ ਉਹਨਾਂ ਨੇ ਦੇ ਦਿੱਤਾ ਜਿੱਦਾਂ ਦਾ ਦਿੱਤਾ। ਸਵਾਲ ਇਹ ਹੈਗਾ ਕਿ ਇਸ਼ੂ ਤੇ ਸਪਸ਼ਟੀਕਰਨ ਤੇ ਇੱਕ ਲਫ਼ਜ਼ ਦਾ ਮੰਗਿਆ, ਇਹਨਾਂ ਨੇ ਜਿਹੜਾ ਉੱਥੇ ਗੋਲਕ ਦੇ ਉੱਤੇ ਰੱਖ ਕੇ ਆਏ, ਗੋਲਕ ਨੇ ਉਹਨਾਂ ਨੂੰ ਸੰਮਨ ਨਹੀਂ ਸੀ ਭੇਜਿਆ, ਸੰਮਨ ਅਕਾਲ ਤਖ਼ਤ ਦੇ ਜਥੇਦਾਰ ਨੇ ਭੇਜਿਆ ਸੀ। ਔਰ ਜਿਹੜੇ ਪ੍ਰੋਫੈਸਰ ਦਰਸ਼ਨ ਸਿੰਘ ਨੇ ਵੀ ਜਿੰਨੇ ਹੁਕਮਨਾਮੇ ਲਿਖਿਆ ਕਿ ਪੰਜ ਸਿੰਘ ਸਾਹਿਬਾਨ ਗੁਰੂ ਹਰਗੋਬਿੰਦ ਸਾਹਿਬ ਦੇ ਵਾਰਸ ਹੋ ਕੇ ਉਹ ਫੈਸਲਾ ਕਰਦੇ ਆ, ਅਕਾਲ ਤਖ਼ਤ ਦੀ ਮੋਹਰ ਥੱਲੇ ਜਾਰੀ ਹੁੰਦਾ, ਤੇ ਇਹਨਾਂ ਨੇ ਇਹ ਲਿਖਿਆ ਉਸ ਸਪਸ਼ਟੀਕਰਨ ਚ ਅਕਾਲ ਪੁਰਖ ਨੂੰ ਕਿ ਗੁਰਬਚਨ ਦਿਖਾਇਆ। ਹਾਂਜੀ, ਪ੍ਰੋਫੈਸਰ ਦਰਸ਼ਨ ਸਿੰਘ ਇਹ ਕਹਿੰਦੇ ਨੇ ਕਿ ਮੈਨੂੰ ਅਕਾਲ ਤਖ਼ਤ ਤੇ ਸੱਦਿਆ ਗਿਆ ਸੀ, ਮੈਂ ਅਕਾਲ ਤਖ਼ਤ ਤੇ ਪੇਸ਼ ਹੋਇਆ। ਹਾਂਜੀ, ਇਹ ਗੱਲ ਉਹਨਾਂ ਨੇ ਕਹੀ ਤੇ ਵੈਸੇ ਇਹਦੇ ਚ ਤੁਹਾਡਾ ਕੀ ਕਹਿਣਾ, ਕਿਉਂਕਿ ਤੁਸੀਂ ਤਾਂ ਉਹਨਾਂ ਨੂੰ ਰਾਏ ਦਿੰਦੇ ਹੋ ਜੀ ਸਾਰੇ ਸਿੱਖ ਮਸਲਿਆਂ ਤੇ ਜੀ, ਇਹ ਜੇ ਸੰਗਤ ਚ ਆ ਕੇ ਸਪਸ਼ਟੀਕਰਨ ਜਿਹੜਾ ਦਿੱਤਾ ਜਾਂਦਾ ਤਾਂ ਕੀ ਫਰਕ ਪੈਂਦਾ? ਦੇਖੋ ਗੱਲ ਇਹ ਬੜੀ, ਤੁਸੀਂ ਦੋਨੋਂ ਗੱਲਾਂ ਕਰ ਰਹੇ ਹੋ। ਪਹਿਲੀ ਗੱਲ ਤੇ ਪ੍ਰੋਫੈਸਰ ਦਰਸ਼ਨ ਸਿੰਘ ਖੁਦ ਵੀ ਜਦੋਂ ਜਥੇਦਾਰ ਸੀ ਲੁਧਿਆਣੇ, ਉਹਨਾਂ ਦੇ ਘਰ ਚ ਮੀਟਿੰਗਾਂ ਹੁੰਦੀਆਂ ਰਹੀਆਂ। ਸਰਦਾਰ ਸੁਰਜੀਤ ਸਿੰਘ ਬਰਨਾਲਾ ਦੀ ਜਿਹੜੀ ਹੈਗੀ ਹੈ ਉਹ ਮੀਟਿੰਗ, ਉਹ ਕਲੇਮ ਕਰਦੇ ਨੇ ਕਿ ਮੈਂ ਓਪਨ ਕੀਤੀ ਸੀ, ਬਿਲਕੁਲ ਝੂਠ ਕਰ ਰਹੇ ਹੈ ਕਿਉਂਕਿ ਉਹ ਤਸਵੀਰ ਦੇਖੋ ਪਿੱਛੇ ਵੁਡਨ ਪੈਨਲਿੰਗ ਹੈ। ਔਰ ਦੂਸਰੀ ਗੱਲ ਜੇ ਇੱਕ ਹੋਰ ਬੜੀ ਇੰਟਰਸਟਿੰਗ ਹੈ, ਜੇ ਪਿੱਛੇ ਕਹਿੰਦੇ ਦੂਜੀ ਜਗ੍ਹਾ ਨਹੀਂ ਹੋ ਸਕਦੀ, ਜਦੋਂ ਸਾਹ ਸੁਰਜੀਤ ਸਿੰਘ ਬਰਨਾਲਾ ਨੂੰ ਪੇਸ਼ ਕਰਦੇ ਆ ਤੇ ਉਹਦੇ ਚ ਸੁਣਵਾਈ ਉੱਥੇ ਕਰ ਰਹੇ ਹੈ, ਪਰ ਉਹਨਾਂ ਦੇ ਗੱਲ ਚ ਤਖਤੀ ਪਾਉਂਦੇ ਔਰ ਤਖਤੀ ਆਲ ਆਫ ਏ ਸਡਨ ਕਿੱਥੋਂ ਪੇਂਟਰ ਆ ਗਿਆ? ਇਹਦਾ ਮਤਲਬ ਹੈ ਕਿ ਇਹ ਘਰੋਂ ਤਿਆਰ ਕਰਕੇ ਆਪਣੇ ਬਰੀਫ ਕੇਸ ਦੇ ਵਿੱਚ ਤਖਤੀ ਲੈ ਕੇ ਆਏ, ਇਹਦਾ ਮਤਲਬ ਫੈਸਲਾ ਪਹਿਲਾਂ ਘਰ ਰੱਖ ਲਿਆ, ਘਰ ਲਿਖ ਕੇ ਲਿਆਂਦਾ, ਪੰਜ ਸਿੰਘ ਸਾਹਿਬਾਨ ਨਾਲ ਫਿਰ ਸਿਰਫ ਡਰਾਮਾ ਹੋ ਰਿਹਾ ਹੈਗਾ। ਇਹਦਾ ਮਤਲਬ ਇਹ ਹੈ ਕਿ ਅੱਛਾ, ਦੂਜੀ ਗੱਲ ਇਹ ਹੈਗੀ ਹੈ ਕਿ ਹੁਣ ਵੀ ਉਹ ਰੁਚਿਕਾ ਦੇ ਕੇਸ ਵਿੱਚ ਹਾਈ ਕੋਰਟ ਨੇ ਇਨ ਕੈਮਰਾ ਪ੍ਰੋਸੀਡਿੰਗਸ ਕੀਤੀਆਂ, ਕਿਉਂਕਿ ਅਕਾਲ ਤਖ਼ਤ ਸਾਹਿਬ ਨੇ ਇੱਕ ਆਦੇਸ਼ ਦਿੱਤਾ ਸੀ ਕਿ ਕੋਈ ਨਾਲ ਨਹੀਂ ਆਏਗਾ, ਪਰ ਇਹਨਾਂ ਨੇ, ਦਰਸ਼ਨ ਸਿੰਘ ਨੇ ਖੁਦ ਕਿਹਾ ਮੇਰੇ ਹਜ਼ਾਰਾਂ ਜਿਹੜੇ ਸਪੋਰਟਰ ਹੈ ਰੋਕ ਲਏ ਗਏ, ਜੇ ਤੁਹਾਨੂੰ ਅਗਰ ਸੱਦਿਆ ਇਕੱਲੇ ਤੌਰ ਤੇ, ਇੱਕ ਨਿਮਾਣੇ ਸਿੱਖ ਦੇ ਤੌਰ ਤੇ ਜੇ ਮਹਾਰਾਜਾ ਰਣਜੀਤ ਸਿੰਘ ਆਏ ਹੈ ਤੇ ਉਹ ਗੱਲ ਚ ਪੱਲਾ ਪਾ ਕੇ ਉਹਨਾਂ ਨੇ ਆਪਣਾ ਚੋਲਾ ਉੱਤੇ ਕਰ ਦਿੱਤਾ, ਤੁਹਾਨੂੰ ਹਜ਼ਾਰਾਂ ਬੰਦੇ ਨਿਆਣ ਦੀ ਕੀ ਲੋੜ ਪੈ ਗਈ? ਇਹਦਾ ਮਤਲਬ ਹੈ ਕਿ ਤੁਸੀਂ ਜਿਹੜੇ ਨਾਲ ਲਫ਼ਜ਼ ਵਰਤ ਰਹੇ ਹੋ ਇਹ ਬਾਦਲ ਦੇ ਏਜੰਟ ਹੈ, ਆਰ ਐਸ ਏ, ਤੁਸੀਂ, ਤੁਹਾਡਾ ਮਕਸਦ ਉੱਥੇ ਹੰਗਾਮਾ ਕਰਾਉਣਾ। ਇਹ ਸਿੰਘ ਸਾਹਿਬਾਨ ਦੀ ਬੜੀ ਸੂਝ ਹੈ ਕਿ ਉਹਨਾਂ ਨੇ ਉੱਥੇ ਨਹੀਂ ਕੀਤਾ, ਅਕਾਲ ਤਖ਼ਤ ਸਾਹਿਬ ਦਾ ਸੈਕਰਟੇਰੀਅਟ ਜਿਹੜਾ ਝੰਡੇ ਬੁੰਗੇ ਦੀ ਇਮਾਰਤ ਹੈ, ਝੰਡੇ ਬੁੰਗੇ ਦੀ ਇਮਾਰਤ, ਪ੍ਰੋਫੈਸਰ ਦਰਸ਼ਨ ਸਿੰਘ ਝੰਡੇ ਬੁੰਗੇ ਦੀ ਇਮਾਰਤ ਵਿੱਚ ਕਰਦੇ ਰਹੇ, ਇਹਨਾਂ ਨੇ ਲਫ਼ਜ਼ ਕਹੇ ਸੀ, ਮੈਂ ਰਿਪੀਟ ਕਰਦੇ ਹਾਂ ਵਿਦ ਇਨ ਕੋਰਟਸ, ਕਿ ਜੇ ਸਰਕਾਰ ਦੀਆਂ ਅਦਾਲਤਾਂ ਜੇਲ੍ਹਾਂ 'ਚ ਲੱਗ ਸਕਦੀਆਂ, ਜੇ ਸਰਕਾਰ ਦੀਆਂ ਅਦਾਲਤਾਂ ਸਰਕਟ ਹਾਊਸ ਲੱਗ ਸਕਦੀਆਂ, ਇਹਨਾਂ ਦਾ ਕਿਹਾ, ਅਸੀਂ ਕਿਸੇ ਜਗ੍ਹਾ ਤੇ ਮਰਜ਼ੀ ਲਾਈਏ, ਤੁਸੀਂ ਕੌਣ ਹੁੰਦੇ ਹੋ ਸਾਨੂੰ ਕਹਿਣ ਵਾਲੇ? ਇਹਨਾਂ ਨੇ ਕਿਤੇ, ਤੁਹਾਡੇ ਯਾਦ ਹੋਵੇ ਕੋਈ ਵਰਜੀਨੀਆ ਦੇ ਵਿੱਚ ਵੀ ਕੁਛ ਇਹਨਾਂ ਨੇ ਕੋਈ ਇਸ ਤਰ੍ਹਾਂ ਦੀ ਸਟੇਟਮੈਂਟ ਦਿੱਤੀ ਸੀ ਅਕਾਲ ਤਖ਼ਤ ਸਾਹਿਬ? ਬਹੁਤ ਦੂਰ ਤੱਕ ਚਲੇ ਗਏ। ਗੱਲ ਇਹ ਹੈ ਕਿ ਇਹ ਸ਼ਖਸ, ਮੈਂ ਕਹਿ ਲੈਣ ਦਿਓ, ਮੈਨੂੰ ਇਜਾਜ਼ਤ ਦੇ ਦਿਓ, ਇਹ ਤੋਂ ਬਾਜਰਾ ਹੈ, ਪਖੰਡੀ ਹੈ, ਇਹ ਬਹੁਤ ਵੱਡਾ ਦੋਖੀ ਹੈ। ਇਸ ਬੰਦੇ ਨੇ ਵਰਜੀਨੀਆ ਦੀ ਕੋਰਟ ਵਿੱਚ ਅਕਾਲ ਤਖ਼ਤ ਸਾਹਿਬ ਦੇ ਬਾਰੇ ਲਿਖਤੀ ਤੌਰ ਦੇ ਉੱਤੇ ਬਿਆਨ ਦਿੱਤਾ ਕਿ ਅਕਾਲ ਤਖ਼ਤ ਦਾ ਆਦੇਸ਼ ਇੱਥੇ ਲਾਗੂ ਨਹੀਂ ਹੈ ਬਾਹਰਲੇ ਸਿੱਖਾਂ ਦੇ ਉੱਤੇ। ਸੋ ਜਿਹੜਾ ਬੰਦਾ, ਇਹ ਤਾਂ ਉਦਾਂ ਦੀ ਗੱਲ ਹੈ ਜਿਵੇਂ ਤੁਸੀਂ ਨਿੱਜੀ ਤੌਰ ਤੇ ਕਿਉਂ ਲੈ ਰਹੇ ਹੋ? ਅਗਰ ਕਿਉਂ ਲੈ ਰਹੇ ਹੋ? ਮੈਂ, ਮੇਰੀਆਂ ਸਾਰੀਆਂ ਲੈ ਲਓ ਜਿੰਨੇ ਮੈਂ ਇਸ਼ੂ ਚੁੱਕੇ ਹੈ। ਜੇ ਮੈਂ ਜਸਟਿਸ ਹਰਬੰਸ ਸਿੰਘ ਬਾਰੇ ਇਸ਼ੂ ਲਿਆ ਸੀ ਉਹ ਨਿੱਜੀ ਨਹੀਂ ਸੀ, ਜੇ ਮੈਂ ਹੋਰ ਕੋਈ ਇਸ਼ੂ ਲਿਆ ਹੁਣ ਵੀ ਲਿਆ ਮੇਰਾ, ਹਾਂ ਮੈਂ ਤੇ ਦੱਸ ਰਿਹਾ ਸਿੱਖ ਇਸ਼ੂ ਹੈ, ਇਸ਼ੂ ਠੀਕ ਹੈ, ਗਲਤ ਹੈ, ਸਿੱਖਾਂ ਨੂੰ ਇਸ਼ੂ ਤੇ
ਸੰਵਾਦ ਰਚਾਉਣਾ ਚਾਹੀਦਾ ਕਿ ਲੜਨਾ ਚਾਹੀਦਾ? ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ, ਬਿਲਕੁਲ ਸਹੀ ਕਹਿ ਰਹੇ ਹੋ ਕਿ ਕੀ ਸਹੀ ਕਹਿ ਰਹੇ ਹੋ, ਲੜਨਾ ਚਾਹੀਦਾ। ਬਿਲਕੁਲ, ਮੈਂ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਮੈਂ ਉਹਦਾ ਜਵਾਬ ਦੇ ਰਿਹਾ। ਮੈਂ ਕਹਿਣਾ ਕਿ ਅਸੀਂ ਜਦੋਂ ਵੀ ਲੜਦੇ ਹਾਂ, ਜਦੋਂ ਵੀ ਕੋਈ ਇਸ਼ੂ ਆਉਂਦਾ, ਅਸੀਂ ਸੰਵਾਦ ਦੀ ਬਜਾਏ ਵਾਦ-ਵਿਵਾਦ ਚ ਪੈ ਜਾਂਦੇ। ਤੁਸੀਂ ਇਹ ਕਹਿਣਾ ਚਾਹੁੰਦੇ ਹੋ ਜੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਸਾਨੂੰ ਇਗਨੋਰ ਕਰ ਦੇਣਾ ਚਾਹੀਦਾ? ਨਹੀਂ, ਬਿਲਕੁਲ ਬਿਲਕੁਲ, ਮੈਂ ਇਹ ਕਹਿਣਾ ਸਾਨੂੰ ਸੰਵਾਦ ਰਚਾਉਣਾ ਚਾਹੀਦਾ। ਅਸੀਂ ਦੇਖੋ, ਮੈਂ ਤੁਹਾਡੀ ਗੱਲ, ਮੈਂ ਵਾਦ-ਵਿਵਾਦ ਦੀ ਬਜਾਏ ਸਮਝ ਗਿਆ, ਸੰਵਾਦ ਦੀ ਗੱਲ ਹੈ। ਹਾਂ, ਸਵਾਲ ਹੈਗਾ ਕਿ ਬਹੁਤ ਨਿਮਰਤਾ, ਰੋਸਨਾ ਕੀ ਜੇ ਉੱਤਰ ਦੀ ਜਾਂਦੀ ਕੋ ਗੱਲ? ਤੁਹਾਡੀ ਗੱਲ ਬਿਲਕੁਲ ਸਹੀ ਹੈ ਜੀ। ਜੇ ਅਗਰ ਇਹ ਗੱਲ ਹੈ ਤੇ ਅਕਾਲ ਤਖਤ ਸਾਹਿਬ ਨੇ ਕੋਈ ਵਿਵਾਦ ਤੇ ਨਹੀਂ ਰਚਿਆ? ਉਹਨਾਂ ਨੇ ਇੱਕ ਚਿੱਠੀ ਭੇਜੀ, ਭਾਈ ਤੂੰ ਇਹ ਲਫ਼ਜ਼ ਕਹੇ, ਦੱਸ ਦੇ ਕਿੱਥੇ ਹੈ, ਜਵਾਬ ਦੇ ਦਿੰਦੇ, ਗੱਲ ਮੁੱਕ ਜਾਂਦੀ। ਇਹਦਾ ਮਤਲਬ ਵਿਵਾਦ ਕਿੱਥੋਂ ਸ਼ੁਰੂ ਹੋ ਰਿਹਾ? ਦੂਜੀ ਗੱਲ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਕਿ ਕਈ ਵਾਰੀ ਲੋੜ ਕੀ ਪੈ ਗਈ ਦੀ, ਸਾਨੂੰ ਕੀ, ਮੈਨੂੰ ਕੀ ਲੋੜ ਪੈ ਗਈ? ਮੈਂ ਇੱਕੋ ਗੱਲ ਸਮਝਣਾ ਚਾਹੁੰਦਾ, ਜੇ ਬਾਬਾ ਰਾਮ ਰਾਏ ਗੁਰੂ ਦੀ ਅੰਸ਼ ਸੀ, ਗੁਰੂ ਦੀ ਸੰਤਾਨ ਸੀ, ਅਗਰ ਉਸਨੇ ਇੱਕ ਲਫ਼ਜ਼ ਗਲਤ ਬੋਲ ਦਿੱਤਾ, ਮਿੱਟੀ ਮੁਸਲਮਾਨ ਕੀ ਨੂੰ ਮਿੱਟੀ ਬੇਈਮਾਨ ਕੀ ਕਹਿ ਦਿੱਤਾ, ਹੁਣ ਗੁਰੂ ਸਾਹਿਬ ਦਾ ਸੰਤਾਨ ਸੀ, ਉਹਨੂੰ ਇਗਨੋਰ ਕਰ ਦਿੰਦੇ, ਘਰ ਦੀ ਘਰ ਚ ਗੱਲ ਰਹਿ ਜਾਂਦੀ। ਪਰ ਨਹੀਂ, ਉਹਨਾਂ ਨੇ ਹੁਕਮਨਾਮੇ ਜਾਰੀ ਕਰ ਦਿੱਤੇ, ਧੀਰ ਮਲੀਏ ਰਾਮ ਰਾਏ, ਇਹਨਾਂ ਦੀ ਸੰਗਤ ਨਾ ਬੈਸੋ। ਧੀਰ ਮਲ ਉਹਨਾਂ ਦੀ ਸੰਤਾਨ ਹੈ, ਰਿਸ਼ਤੇਦਾਰੀ ਹੈ, ਰਾਮ ਰਾਏ ਸੰਤਾਨ ਹੈ, ਉਹਨਾਂ ਨੇ ਬਰਦਾਸ਼ਤ ਨਹੀਂ ਕੀਤਾ। ਜਿਹੜੀ ਗੱਲ ਮਾਸਟਰ ਤਾਰਾ ਸਿੰਘ ਨੇ ਬਹੁਤ ਸੋਹਣੀ ਗੱਲ ਕਹੀ ਸੀ, ਬੇਅਸੂਲੇ ਸਾਧ ਨਾਲੋਂ ਬਾਅਸੂਲਾ ਡਾਕੂ ਲੱਖ ਦਰਜੇ ਚੰਗਾ, ਉਹਦਾ ਕੋਈ ਅਸੂਲ ਹੈ? ਇਸ ਗੱਲ ਨੂੰ ਇਗਨੋਰ ਨਹੀਂ ਕੀਤਾ। ਅਗਰ ਇਹ ਗੱਲ ਇਗਨੋਰ ਕਰਨ ਲਾਇਕ ਹੁੰਦੀ, ਫਿਰ ਗੁਰਬਾਣੀ ਦੇ ਵਿੱਚ ਲਫ਼ਜ਼ ਨਾ ਆਉਂਦੇ ਕਿ ਪੁੱਤਰੀ ਕੌਲ ਨਾ ਪਾਲਿਓ, ਜਾਂ ਮੀਣਾ ਹੋਆ ਪ੍ਰਿਥੀਆ ਕਰ ਕਰ ਟੇਡਕ ਬਰਲ ਵਾਲਾ, ਇਹ ਲਫ਼ਜ਼ ਗੁਰਬਾਣੀ ਦੇ ਵਿੱਚ ਨਾ ਆਉਂਦੇ। ਜੇ ਅਗਰ ਬਾਬਾ ਰਾਮ ਰਾਏ ਨੇ ਇੱਕ ਲਫ਼ਜ਼ ਬਦਲਿਆ, ਪ੍ਰੋਫੈਸਰ ਦਰਸ਼ਨ ਸਿੰਘ ਨੇ ਸੋ ਕਾਲਡ ਕੀਰਤਨ ਕਰਦਿਆਂ ਉਹਦੇ ਚ ਕਿਹਾ ਬੇਮੁਖ ਬਾਦਲ ਚਾਲ ਹੈ, ਤੁਹਾਡੀ ਲੱਖ ਉਹਦੇ ਨਾਲ ਬਾਦਲ ਨਾਲ ਦੁਸ਼ਮਣੀ, ਤੁਸੀਂ ਲੜੋ ਪੋਲੀਟੀਕਲੀ ਲੜਨਾ, ਪਰ ਤੁਸੀਂ ਇਹ ਲਫ਼ਜ਼ ਕਹਿ ਰਹੇ ਹੋ ਕਿ ਬੇਮੁਖ ਬਾਦਲ ਚਾਲ ਹੈ, ਬਦਲ ਚਾਲ ਨੂੰ ਬਾਦਲ ਚਾਲ ਪੜ ਰਹੇ ਹੋ? ਆਪਣੇ ਐਡਵੋਕੇਟ ਸਾਹਿਬ, ਇੱਕ ਗੱਲ ਮੈਂ ਜ਼ਰੂਰ ਕਹਾਂਗਾ ਕਿ ਲੋਕ ਦੇਖੋ, ਜਦੋਂ ਇੱਕ ਮੀਡੀਆ ਦਾ ਬੰਦਾ ਬੋਲਦਾ, ਉਹ ਆਪ ਨਹੀਂ ਬੋਲਦਾ। ਹੁਣ ਤੁਹਾਡੇ ਸਾਹਮਣੇ ਹਰਜਿੰਦਰ ਵਾਲੀਆ ਨਹੀਂ ਬੋਲ ਰਿਹਾ, ਮੈਂ ਲੋਕਾਂ ਦੀ ਜਿਹੜੀ ਜ਼ਬਾਨ ਬਣ ਕੇ ਤੁਹਾਨੂੰ ਗੱਲ ਕਰ ਰਿਹਾ। ਲੋਕ ਇਹ ਜ਼ਰੂਰ ਸਮਝਦੇ ਨੇ ਕਿ ਇਹ ਸਾਰੀ ਗੱਲ ਦੇ ਪਿੱਛੇ, ਭਾਵੇਂ ਉਹ ਪਰਮਜੀਤ ਸਿੰਘ ਸਰਨਾ ਤੇ ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ, ਇਹ ਸਿਆਸਤ ਦਾ ਕੰਮ ਕਰ ਰਹੀ ਹੈ। ਦਸਮ ਗ੍ਰੰਥ ਤੇ ਇਹ ਇਸ਼ੂ ਜਿਹੜਾ ਹੈ, ਇਹਨੂੰ ਸਿਆਸੀ ਰੰਗ ਦੇਣ ਵਾਲਾ ਇਸ਼ੂ ਨਹੀਂ ਹੈ ਜਿਹਦੇ ਚ ਕੌਮ ਵੰਡੀ ਜਾਵੇ। ਤੁਹਾਨੂੰ ਨੀ ਲੱਗਦਾ ਕਿ ਇੱਥੇ ਸਿਆਸਤ ਕੰਮ ਕਰ ਰਹੀ ਹੈ? ਦੇਖੋ, ਮੈਂ ਬਹੁਤ ਸਪਸ਼ਟ ਹਾਂ ਜੀ, ਮੈਨੂੰ ਪਤਾ ਹੈ ਕਿ ਮੈਂ ਹਜ਼ੂਰ ਸਾਹਿਬ ਦੇ ਵਿੱਚ ਜਿਸ ਵੇਲੇ ਜਦੋਂ ਪੂਰਾ ਪੰਥ ਮਿਲ ਕੇ, ਸਾਰਾ ਪੰਥ ਮਿਲ ਕੇ, ਦਿੱਲੀ ਕਮੇਟੀ, ਸ਼੍ਰੋਮਣੀ ਕਮੇਟੀ, ਚੀਫ ਖਾਲਸਾ ਦੀਵਾਨ ਸਾਰੇ ਮਿਲ ਕੇ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੀ ਜਿਹੜੀ ਸ਼ੁਰੂਆਤ ਕਰ ਰਹੇ ਹੈ, ਸਮਾਗਮ ਹੋ ਰਹੇ ਹੈ। ਔਰ ਵਾਲੀਆ ਸਾਹਿਬ, ਤੁਸੀਂ ਹੈਰਾਨ ਹੋਵੋਗੇ, ਮੈਂ ਉੱਥੇ ਸੀ, ਮੇਰੇ ਕੋਲ ਘੱਟੋ ਘੱਟ 2000 ਤਸਵੀਰਾਂ ਮੈਂ ਖਿੱਚੀਆਂ ਉਸ ਸਮਾਗਮ ਦੀਆਂ, ਉਸ ਤੋਂ ਪਹਿਲੇ ਦੀਆਂ। ਉਹਦੇ ਵਿੱਚ ਉਸ ਸਮਾਗਮ ਜਦੋਂ ਆਰੰਭ ਹੁੰਦਾ, ਹਾਲਾਂ ਨਾਰਮਲੀ ਦਸਮ ਗ੍ਰੰਥ ਦਾ ਪ੍ਰਕਾਸ਼ ਹੈ ਹਜ਼ੂਰ ਸਾਹਿਬ ਵਿੱਚ, ਪਰ ਉਸ ਦਿਨ ਕੇਵਲ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਸੀ, ਉਹਨਾਂ ਨੇ ਹਟਾਇਆ। ਤੁਸੀਂ ਉੱਥੇ ਦਸਮ ਗ੍ਰੰਥ ਦਾ ਪ੍ਰਕਾਸ਼ ਦੇਖਿਆ, ਚਿਤ੍ਰ ਉਪਖਿਆਨ ਜਿਹੜੀ ਸਭ ਤੋਂ ਵਿਵਾਦ ਮੈਂ ਦੱਸ ਦਿੰਦਾ, ਉਹਦੇ ਤੇ ਆਵਾਂਗਾ, ਪਰ ਮੈਂ ਗੱਲ ਕਰਨ ਲੱਗਾ, ਤੁਸੀਂ ਉਹਦੀ ਵਿਵਾਦ ਦੀ ਪੋਲੀਟੀਕਲ ਐਂਗਲ ਦੀ ਗੱਲ ਕਰ ਰਹੇ ਹੋ। ਹੁਣ ਇਹ ਨਿਰੋਲ ਇੱਕ ਧਾਰਮਿਕ ਸਮਾਗਮ ਹੋ ਰਿਹਾ, ਨਿਰੋਲ ਧਾਰਮਿਕ ਹੈ, ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਦੀ, ਸਾਰੇ ਦੁਨੀਆਂ ਦੇ ਜਿਹੜੇ ਵੀ ਗੁਰੂ ਨਾਨਕ ਨਾਮ ਲੇਵੇ, ਗੁਰੂ ਗ੍ਰੰਥ ਸਾਹਿਬ ਦੀ ਵਡਿਆਈ ਦੀ ਗੱਲ ਹੋ ਰਹੀ ਹੈ, ਹੋਰ ਕੋਈ ਗੱਲ ਨਹੀਂ। ਪਰ ਉਸ ਸਮਾਗਮ ਦੇ, ਦੇਖੋ ਤੁਹਾਡੇ ਘਰ ਸਮਾਗਮ ਰਚਿਆ, ਵਿਆਹ ਹੋਏ, ਕੋਈ ਚੀਜ਼ ਹੋਏ, ਜਿਹੜੀ ਚੀਜ਼ ਸਦੀਆਂ ਤੋਂ ਚੱਲੀ ਆ ਰਹੀ ਹੈ, ਪ੍ਰੋਫੈਸਰ ਦਰਸ਼ਨ ਸਿੰਘ ਨੇ ਉੱਥੇ ਕਾਲੇ ਰੰਗ ਦਾ ਚੋਲਾ ਪਾ ਲਿਆ ਔਰ ਕਹਿੰਦੇ ਤੁਹਾਨੂੰ ਉੱਥੋਂ ਦੁਰਗੰਧ ਨਹੀਂ ਆਉਂਦੀ, ਤੁਹਾਨੂੰ ਇਹ ਇੱਥੇ ਜਾਣਾ ਬੰਦ ਕਰ ਦਿਓ, ਦੁਕਾਨ ਬੰਦ ਹੋ ਜਾਏਗੀ। ਜਹਾਂਗੀਰ ਨੇ ਵੀ ਇਹ ਗੱਲ ਕਹੀ ਸੀ, ਤੁਸੀਂ ਹਰਿਮੰਦਰ ਸਾਹਿਬ ਨਾ ਜਾਓ, ਦੁਕਾਨੇ ਬਾਤਲ ਹੈ, ਦੁਕਾਨ ਬੰਦ ਹੋ ਜਾਏਗੀ। ਅੱਜ ਜਥੇਦਾਰ ਰਹਿ ਚੁੱਕਾ, ਜਿਹੜਾ ਰੋਜ਼ ਅਰਦਾਸ ਕਰਦਾ, ਪੰਜਾਂ ਤਖਤਾਂ ਦੀ ਅਰਦਾਸ ਕਰਦਾ, ਅੱਜ ਉਹ ਕਹਿ ਰਿਹਾ, ਮੈਂ ਤਾਂ ਇੱਕੋ ਗੱਲ ਮੈਨੂੰ ਯਾਦ ਆਉਂਦੀ ਹੈ ਜ਼ੌਕ ਦੀ, ਕਹਿੰਦਾ ਬਾਕੀ ਹੈ ਦਿਲ ਮੇ ਸ਼ੈਖ ਕੇ ਹਸਰਤ ਗੁਨਾਹ ਕੀ, ਕਾਲਾ ਕਰੇਗਾ ਮੂੰਹ ਵੀ ਜੋ ਦਾੜੀ ਸਿਆਹ ਕੀ। ਤੇ ਇਹ ਤੁਸੀਂ ਜਿਹੜੀ ਗੱਲ ਹੈ ਹਜ਼ੂਰ ਸਾਹਿਬ ਦੇ ਵਿੱਚ ਕਾਲਾ ਕੱਪੜਾ ਪਾਉਣਾ, ਲੋਕਾਂ ਨੂੰ ਕਹਿਣਾ ਨਾ ਜਾਓ ਜੀ, ਇਹ ਆਪਣੇ ਐਡਵੋਕੇਟ ਲਾਂਬਾ ਸਾਹਿਬ ਦਾ ਜਿਹੜਾ ਅਸੀਂ ਇਹ ਉਹਨਾਂ ਦਾ ਪੱਖ ਸੁਣ ਰਹੇ ਹਾਂ, ਇਹ ਪੱਖ ਜਾਰੀ ਰਹਿਣਾ ਹੈ, ਬਸ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਹੈ। ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ। ਗੱਲ ਇਹ ਹੈ ਲਾਂਬਾ ਸਾਹਿਬ ਜੀ, ਕਿ ਕੋਈ ਬੰਦਾ ਹਾਲ ਤੱਕ, ਜਿਹੜਾ ਮੈਂ ਪਹਿਲਾ ਸਵਾਲ ਕੀਤਾ ਸੀ ਕਿ ਇਹ ਸਿਆਸਤ ਹੈ ਇਹਦੇ ਪਿੱਛੇ, ਪਹਿਲੀ ਤਾਂ ਗੱਲ ਮੈਂ ਸਮਝਦਾ ਕਿ ਬਹੁਤ ਸਾਰੇ ਸਾਡੀ ਕੌਮ ਜਿਹੜੀ ਹੈ ਨਾ, ਉਹ ਦਸਮ ਗ੍ਰੰਥ ਦੇ ਨਿਤਨੇਮ ਦੀਆਂ ਬਾਣੀਆਂ ਨਾਲ ਜੁੜੀ ਹੋਈ ਹੈ, ਭਾਵਕ ਤੌਰ ਤੇ, ਜਜ਼ਬਾਤੀ ਤੌਰ ਤੇ।
ਜਦੋਂ ਕੋਈ ਆ ਕੇ ਬੰਦਾ ਰਿਜੈਕਟ ਕਰਦਾ, ਇੱਕ ਦੋ ਬੰਦੇ ਮੇਰੇ ਕੋਲ ਆ ਕੇ ਕਹਿ ਕੇ ਵੀ ਗਏ ਵੀ ਅਸੀਂ, ਤੇ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹਦੇ ਬਾਰੇ ਸੋਚਣਾ, ਪੰਥ ਪ੍ਰਮਾਣਿਤ ਜਿਹੜੀਆਂ ਬਾਣੀਆਂ ਨੇ ਤੇ ਉਹਨਾਂ ਬਾਰੇ ਕੋਈ ਦੋਰਾਵਾ ਨਹੀਂ ਹੋਣੀਆਂ ਚਾਹੀਦੀਆਂ ਕਿਸੇ ਬਾਰੇ ਵੀ ਨਹੀਂ। ਇਹ ਤਾਂ ਬੈਠ ਕੇ ਵਿਵਾਦ, ਵਾਦ ਵਿਵਾਦ ਦਾ ਜਿਹੜਾ ਹੈ ਇਹਨੂੰ ਸਮਾਜ 'ਚ ਬਦਲਣ ਦੀ ਲੋੜ ਹੈ, ਬੈਠ ਕੇ ਗੱਲ ਹੋ ਸਕਦੀ ਹੈ। ਲੇਕਿਨ ਜਿਹੜੀ ਗੱਲ ਮੈਂ ਤੁਹਾਨੂੰ ਕੀਤੀ ਸੀ ਉਹਦਾ ਸਵਾਲ ਦਾ ਜਵਾਬ ਸ਼ਾਇਦ ਹੋਰ ਕਲੀਅਰ ਹੋ ਸਕਦਾ ਹੈ ਕਿ ਦਸਮ ਗ੍ਰੰਥ ਦੇ, ਸ੍ਰੀ ਦਸਮ ਗ੍ਰੰਥ ਦੇ ਜਿੰਨੇ ਵੀ ਲੋਕ ਵਿਰੁੱਧ ਬੋਲ ਰਹੇ ਨੇ ਉਹ ਸਾਰੇ ਪਰਮਜੀਤ ਸਿੰਘ ਸਰਨਾ ਦੇ ਕੈਂਪ 'ਚ ਨੇ। ਜੀ ਬਿਲਕੁਲ ਬਿਲਕੁਲ, ਮੈਨੂੰ ਕੋਈ ਬੰਦਾ ਐਸਾ ਨਹੀਂ ਮਿਲਿਆ ਜਿਹੜਾ ਦਸਮ ਗ੍ਰੰਥ ਦੇ ਹੱਕ 'ਚ ਹੋਵੇ ਜੀ, ਤੇ ਉਹ ਪਰਮਜੀਤ ਸਰਨਾ ਜਾਂ ਦਿੱਲੀ ਕਮੇਟੀ ਦੇ ਨਾਲ ਲੜਦਾ। ਬਹੁਤ ਅੱਛਾ। ਤੇ ਦੂਜੇ ਬਾਦਲ, ਇਹ ਕੀ ਦਸਮ ਗ੍ਰੰਥ ਦੀ ਲੜਾਈ ਬਾਦਲ ਤੇ ਸਰਨੇ ਦੀ ਲੜਾਈ ਕਿਉਂ ਬਣਾ ਰਹੇ ਨੇ? ਜੀ ਮੈਂ ਤੁਹਾਡੀ, ਤੁਹਾਡਾ ਸਵਾਲ ਹੈ, ਇਹ ਖੁਸ਼ਕਿਸਮਤੀ ਹੈ ਸ੍ਰੀ ਦਸਮ ਗ੍ਰੰਥ ਦੀ ਕਿ ਇਹ ਗੁਰੂ ਸਾਹਿਬ ਦੇ ਵੇਲੇ ਦਾ ਨਾ ਕਿ ਬਾਦਲ ਤੇ ਸਰਨੇ ਦੇ ਵੇਲੇ ਦਾ ਜੀ, ਇਸ ਤੋਂ ਪਹਿਲੇ ਦਾ ਜੀ। ਤੇ ਦਸਮ ਗ੍ਰੰਥ ਸਾਹਿਬ ਦੇ ਉੱਤੇ ਕਿੰਤੂ ਪਰੰਤੂ ਇਹ ਹੁਣ ਨਹੀਂ ਹੋਇਆ, ਤੁਹਾਨੂੰ ਸ਼ਾਇਦ ਲੱਗੇ ਹੁਣ ਹੋਇਆ। ਨਹੀਂ, ਮੈਂ ਤਾਂ ਉਸੇ ਦੀ ਗੱਲ ਕਰ ਰਿਹਾ ਜਿਹੜੀ ਆਰਗੇਨਾਈਜ਼ਡ ਤੌਰ ਦੇ ਉੱਤੇ, ਆਰਗੇਨਾਈਜ਼ਡ ਤੌਰ ਤੇ ਦਸਮ ਗ੍ਰੰਥ ਦੀ ਵਿਰੋਧਤਾ ਕਰਨ ਵਾਲਾ ਜਿਹੜਾ ਬੰਦਾ ਸੀ, ਸ਼ੱਕ ਸੀ, ਉਹ ਸੀ ਗਿਆਨੀ ਭਾਗ ਸਿੰਘ ਅੰਬਾਲਾ, ਜਿਸ ਨੇ ਦਸਮ ਗ੍ਰੰਥ ਨਿਰਣੇ ਕਿਤਾਬ ਲਿਖੀ, ਜਿਸ ਨੂੰ ਅਕਾਲ ਤਖ਼ਤ ਸਾਹਿਬ ਤੋਂ 78 ਦੇ ਵਿੱਚ ਜਰਦਾਰ ਸਾਧੂ ਸਿੰਘ ਭੌਰਾ ਨੇ ਛੇਕਿਆ, ਔਰ ਉਹ ਬੰਦਾ 3 ਸਾਲ ਧੱਕੇ ਖਾਂਦਾ ਰਿਹਾ, ਅਖੀਰ ਮਸਕੀਨ ਜੀ ਕੋਲ ਗਿਆ, ਰੋਂਦਾ ਹੋਇਆ ਤਾਂ ਮਾਰਦਾ, ਮੈਂ ਨਹੀਂ ਕਰ ਸਕਦਾ, ਮੈਨੂੰ ਮਾਫ਼ ਕਰੋ। ਆਪਾਂ ਇਸ ਹਿਸਟਰੀ 'ਚ ਨਾ ਜਾਈਏ, ਮੈਂ ਨਹੀਂ ਕਰਦਾ, ਮੇਰਾ ਮਤਲਬ ਸੀ ਇਹ ਗੱਲ ਬਹੁਤ ਬਿਲਕੁਲ ਇਹਦਾ ਨਿਰਣੇ ਲਗਾਤਾਰ ਕਰ ਰਿਹਾ। ਮੈਂ ਤਾਂ ਅੱਜ ਦੀ ਗੱਲ ਕਰ ਰਿਹਾ, ਪ੍ਰੈਜ਼ੈਂਟ ਇਸ਼ੂ ਦੀ ਗੱਲ ਕਰ ਰਿਹਾ। ਉਹ ਜਿਹੜੇ ਜੇ ਸਰਨਾ ਉਹਨਾਂ ਨੂੰ ਬੰਦੇ ਨਾਲ ਲੈ, ਜਿਹੜਾ 1000 ਬੰਦੇ ਦੀ ਗੱਲ ਕਰ ਰਹੇ ਹੋ, ਉਹ ਸਰਨੇ ਦੇ ਬੰਦੇ ਗਏ? ਉਹੀ ਗੱਲ ਕਰ ਰਹੇ, ਦੱਸ ਰਿਹਾ ਤੁਹਾਨੂੰ। ਅਗਰ ਉਹ ਜਿਹੜੇ ਬੰਦੇ ਸੀ ਜਿਹੜੇ ਚੁੱਪ ਕਰ ਗਏ ਕਿਉਂਕਿ ਉਹ ਭਾਗ ਸਿੰਘ ਨੇ ਮਾਫੀ ਮੰਗ ਲਈ, ਬੜਾ ਰੈਲੇਵੈਂਟ ਹੈ। ਉਹ ਜਿਵੇਂ ਕਹਿੰਦੇ ਰੰਡੀ ਤੇ ਰੰਡੇਪਾ ਕੱਟਦੀ, ਮਛਟੰਡੇ ਨਹੀਂ ਕੱਟਣ ਦਿੰਦੇ, ਉਹ ਮਿਸ਼ਨਰੀ ਜਿਹੜੇ ਉਹਦੇ ਨਾਲ ਸੀ ਉਹ ਕਾਲੇ ਅਫਗਾਨੇ ਦੇ ਰੂਪ ਵਿੱਚ ਆਏ, ਉਹ ਜੋਗਿੰਦਰ ਸਿੰਘ ਸਪੋਕਸਮੈਨ ਦੇ ਰੂਪ ਵਿੱਚ ਆਏ, ਉਹ ਧੱਗੇ ਦੇ ਰੂਪ ਵਿੱਚ ਆਏ, ਉਹ ਸਾਰੇ ਆ ਕੇ ਉਹਨਾਂ ਸਾਰਿਆਂ ਨੂੰ ਹੁਣ ਇੱਕ ਦਰਸ਼ਨ ਸਿੰਘ ਇੱਕ ਕਾਰਟ ਮਿਲ ਗਈ, ਇੱਕ ਛਕੜਾ ਮਿਲ ਗਿਆ, ਇਹਦੇ ਸਵਾਰ ਹੋ ਜਾਓ, ਇਹਦੀ ਵਿਰੋਧਤਾ ਕਰਨ ਦਾ। ਉਹਨਾਂ ਦੀ ਵਿਰੋਧਤਾ ਜਿਹੜੀ ਹੈ ਨਾ ਸਰਨੇ ਦੀ ਹਮਾਇਤ ਨਾ ਬਾਦਲ ਦੀ ਵਿਰੋਧਤਾ, ਉਹਨਾਂ ਦੀ ਦਸਮ ਗ੍ਰੰਥ ਦੀ ਵਿਰੋਧਤਾ ਸੀ, ਉਹਨਾਂ ਨੂੰ ਇੱਕ ਟੂਲ ਮਿਲ ਗਿਆ। ਔਰ ਦੂਜੀ ਗੱਲ ਇਹ ਸਹੀ ਹੈ, ਬਿਲਕੁਲ ਮੈਂ ਤੁਹਾਨੂੰ, ਦੂਜੀ ਗੱਲ ਜਿਹੜੇ ਬੰਦੇ ਤੁਸੀਂ, ਦੂਸਰਾ ਇੱਕ ਚਾਰਟ ਦੇਖੋ, ਜਿਹੜੇ ਬੰਦੇ ਬਾਦਲ ਦੇ ਵਿਰੋਧੀ ਹੈ, ਠੀਕ ਹੈ, ਉਹਨਾਂ ਸਾਰਿਆਂ ਨੂੰ ਲੱਗਾ ਸ਼ਾਇਦ ਇਹਦੇ 'ਚ ਸਵਾਰ ਹੋ ਕੇ ਅਸੀਂ ਵੀ ਆਪਣੀ ਕੋ ਪੋਲੀਟੀਕਲ ਹਾਸਲ ਕਰ ਲਈਏ। ਸੋ ਇਹਦੇ 'ਚ ਸਵਾਲ ਗੱਲ ਤੁਸੀਂ ਬਿਲਕੁਲ ਸਹੀ ਆ ਗਿਆ ਕਿ ਇਹਦਾ ਸਿਆਸੀਕਰਨ ਕਰ ਦਿੱਤਾ ਗਿਆ। ਇਹਦਾ ਇਹ ਜਿਹੜੇ ਬੰਦਿਆਂ ਨੂੰ, ਉਹਨਾਂ ਨੂੰ ਦਸਮ ਗ੍ਰੰਥ ਨਾਲ ਕੋਈ ਲੈਣਾ ਦੇਣਾ ਨਹੀਂ ਪੋਲੀਟੀਕਲ ਬੰਦਿਆਂ ਨੂੰ, ਪਰ ਉਹਨਾਂ ਨੂੰ ਲੱਗ ਰਿਹਾ ਕਿ ਸ਼ਾਇਦ ਇਹ ਸਾਡੀ ਬੇੜੀ ਪਾਰ ਉਤਾਰ ਦੇਵੇ, ਨੰਬਰ 1। ਪਰ ਉਹ ਭੁੱਲ ਜਾਂਦੇ ਆ ਕਿ ਇਹ ਕਰਦਿਆਂ ਨਰ ਅਚੇਤ ਪਾਪ ਤੇ ਡਰ ਰਹੇ, ਤੁਸੀਂ ਗੁਰੂ ਦੀ ਨਿੰਦਾ ਦੇ ਭਾਗੀ ਬਣ ਰਹੇ ਹੋ। ਦੂਸਰੇ ਪਾਸੇ ਦਿੱਲੀ ਗੁਰਦੁਆਰਾ ਕਮੇਟੀ ਨੇ ਸਿੱਖ ਪਾਰਲੀਮੈਂਟ ਦੇ ਨਾਂ ਤੇ ਉਹ ਕੁਛ ਕੁਕਰਮ ਕੀਤਾ ਉੱਥੇ ਖੜੇ ਕਰਕੇ, ਇਹ ਜਾਚਕ ਕੋਲੋਂ, ਇਹ ਇਹਨਾਂ ਸਾਰਿਆਂ ਕੋਲੋਂ, ਕਿ ਇਹ ਪੂਰੀ ਦੀ ਪੂਰੀ ਤੁਸੀਂ ਦਸਮ ਗ੍ਰੰਥ ਦੀ ਨਿਤਨੇਮ ਦੀਆਂ ਬਾਣੀਆਂ ਦੀ, ਇਹਨਾਂ ਨੇ ਉੱਥੇ ਕਿਹਾ ਕਿ ਸਾਨੂੰ ਰਹਿਤ ਮਰਿਆਦਾ ਨਹੀਂ ਚਾਹੀਦੀ, ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ, ਅਸੀਂ ਦਰਸ਼ਨ ਸਿੰਘ ਨੇ ਖੁਦ ਕਿਹਾ ਕੋਈ ਸਬੂਤ ਨਹੀਂ ਹੈਗਾ ਕਿ ਇਹ ਨਿਤਨੇਮ ਅੰਮ੍ਰਿਤ ਦੀਆਂ ਬਾਣੀਆਂ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀਆਂ। ਸਾਰਾ ਕੁਛ ਜੋ ਵੀ ਹੋਰ ਗੁਰੂ ਨਿੰਦਾ ਕਰ ਸਕਦੇ ਹੈ, ਔਰ ਦਿੱਲੀ ਕਮੇਟੀ ਕਰ, ਬਿਲਕੁਲ ਆਪਣੇ ਕੋਲ ਜਿਹੜਾ ਟਾਈਮ ਹੈ ਨਾ ਉਹਦੀ ਸੀਮਾ ਹੈ। ਮੈਂ ਤੁਹਾਨੂੰ, ਕਿਉਂਕਿ ਤੁਸੀਂ ਹੁਣ ਸਪੋਕਸਮੈਨ ਦੇ ਤੌਰ ਤੇ ਗੱਲ ਕਰ ਰਹੇ ਹੋ, ਮੈਂ ਤਾਂ ਤੁਹਾਨੂੰ ਕਿਸੇ ਹੋਰ ਨਜ਼ਰੀਏ 'ਚ ਗੱਲ ਕਰਨੀ ਚਾਹੁੰਦਾ ਸੀ, ਪਰ ਕਿਉਂਕਿ ਤੁਸੀਂ ਬਹੁਤ ਉੱਚੀ ਸੁਰ ਦੇ ਵਿੱਚ ਦਸਮ ਗ੍ਰੰਥ ਦੀ ਬਿਲਕੁਲ ਕਰ ਰਹੇ ਹੋ, ਤਾਂ ਮੈਂ ਤੁਹਾਨੂੰ ਇਹ ਪੁੱਛਦਾ ਕਿ ਜਿਹੜੀ ਸਭ ਤੋਂ ਵਿਵਾਦਮਈ ਬਾਣੀ ਹੈ, ਕਿਉਂਕਿ ਲੋਕਾਂ ਨੇ ਦਸਮ ਗ੍ਰੰਥ ਨਹੀਂ ਪੜ੍ਹਿਆ, ਉਹਨਾਂ ਨੂੰ ਤ੍ਰੈਚਿਤਰ ਜਾਂ ਚਤਰੋਪਖਿਆਨ ਦੀ ਬਾਣੀ ਬਾਰੇ ਵੀ ਕੁਛ ਨਹੀਂ ਪਤਾ। ਉਹਨਾਂ ਨੂੰ ਜੋ ਕਿਹਾ ਜਾਂਦਾ ਵੀ ਗੁਰੂ ਐਸਾ ਨਹੀਂ ਕਹਿ ਸਕਦਾ, ਗੁਰੂ ਔਰਤ ਬਾਰੇ, ਇੱਕ ਪਾਸੇ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਔਰਤ ਦੀ ਇਸ ਤਰ੍ਹਾਂ ਦੀ ਮਹਿਮਾ, ਤੇ ਦੂਜੇ ਪਾਸੇ ਔਰਤ ਨੂੰ ਇਸ ਤਰ੍ਹਾਂ ਬਣਾ ਕੇ ਜਿਹੜਾ ਹੈ ਪੇਸ਼ ਕਰਨ ਦੀ ਜਿਹੜੀ ਗੱਲ ਹੈ ਉਹ ਇਹ ਕਹਿ ਰਹੇ ਨੇ। ਮੈਂ ਉਹਨਾਂ ਦੇ ਐਂਗਲ ਤੋਂ ਕਰਾਂ, ਜਿਹੜੇ ਲੋਕ ਕਹਿੰਦੇ ਨੇ ਕਿ ਇਹ ਇਸ ਤਰ੍ਹਾਂ ਗੁਰੂ ਸਾਡਾ ਇਸ ਤਰ੍ਹਾਂ ਦੇ ਜਿਹੜੇ ਜਿੰਨੇ ਜਿਹੜੇ ਚਰਿੱਤਰ ਨੇ ਔਰਤ ਦੇ, 600 ਤੋਂ ਵੱਧ ਜਿਹੜੇ ਪੰਨੇ ਨੇ ਦਸਮ ਗ੍ਰੰਥ ਦੇ ਵਿੱਚ, ਇਹਨਾਂ ਨੂੰ ਤੁਸੀਂ ਕਿਵੇਂ ਜਸਟੀਫਾਈ ਕਰਦੇ? ਮੈਂ ਬੜਾ, ਤੁਸੀਂ ਮੈਨੂੰ ਸਿਰਫ 2 ਮਿੰਟ ਟਾਈਮ ਦੇਣਾ ਜੀ। ਉਹਦੇ ਵਿੱਚ ਇਹ ਹੈ ਕਿ ਚਰਿੱਤਰੋਪਾਖਿਆਨ, ਪਾਖਿਆਨ ਦਾ ਅਰਥ ਹੁੰਦਾ ਜਿਹੜੀ ਕਹਾਣੀ ਪਹਿਲਾਂ ਕਹੀ ਜਾ ਚੁੱਕੀ ਹੈ, ਪਾਖਿਆਨ ਅਰ ਜਿਹੜੀ ਪਹਿਲਾਂ ਕਹੀ ਰੀਟੋਲਡ, ਜਿਵੇਂ ਕੁਰਾਨ ਦੇ ਵਿੱਚ, ਬਾਈਬਲ ਦੇ ਵਿੱਚ ਯੂਸਫ ਸਲੈਖਾਂ ਦੀ ਕਹਾਣੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਨੇ ਟੁੰਡੇ ਅਸਰਾਜੇ ਕੀ ਧੁਨੀ, ਟੁੰਡੇ ਅਸਰਾਜੇ ਦੀ ਜਿਹੜੀ ਹਨਵੰਤ ਦੀ ਜਿਹੜੀ ਹੋਰ ਹੈਗੀਆਂ, ਉਹ ਸਾਰੀਆਂ ਜਿਹੜੀਆਂ ਕਹਾਣੀਆਂ, ਉਹ ਸਾਰੀਆਂ ਪੰਜਾਬ ਦੇ ਲੋਕ ਗਾਥਾਵਾਂ ਜਿਹੜੀਆਂ ਕਹਾਣੀਆਂ ਸੀ, ਉਹ ਸਾਰਾ ਸਾਹਿਤ ਗੁਰੂ ਸਾਹਿਬ ਨੇ ਇਹਨੂੰ ਇਕੱਠਾ ਕੀਤਾ। ਔਰ ਇਹ ਜਿਹੜਾ ਇਹਦੀ ਤੁਸੀਂ ਸਪੈਕਟ੍ਰਮ ਦੇਖੋਗੇ, ਇਹਦੀ ਕੈਨਵਸ ਦੇਖੋਗੇ, ਇੰਗਲੈਂਡ ਦੀਆਂ ਕਹਾਣੀਆਂ, ਫਰਾਂਸ ਦੀਆਂ ਕਹਾਣੀਆਂ,
ਇਟਲੀ ਦੀਆਂ ਕਹਾਣੀਆਂ, ਈਰਾਨ ਦੀਆਂ ਕਹਾਣੀਆਂ ਇਸ ਦੇ ਵਿੱਚ ਹਨ। ਹੁਣ ਹੈਗਾ ਕੀ ਹੈ, ਬਹੁਤ ਵਧੀਆ ਗੱਲ ਹੈ ਤੁਸੀਂ ਜਿਹੜਾ ਸਵਾਲ ਕੀਤਾ, ਇਹਦੇ ਵਿੱਚ ਚਾਰ ਲਾਈਨਾਂ, ਮੈਂ ਤੈਨੂੰ ਇੱਕ ਹਵਾਲਾ ਦੇਣ ਲੱਗਾ, ਚਾਰ ਤੁਕਾਂ ਹੈਗੀਆਂ, ਉਹ ਚਾਰ ਤੁਕਾਂ ਦੀ ਪਹਿਲੀਆਂ ਦੋ ਲਾਈਨਾਂ ਹੈਗੀਆਂ, ਜੇ ਕੋਈ ਇਸਤਰੀ ਕਾਮ ਅਧੀਨ ਪੁਰਸ਼ ਕੋਲ ਆਉਂਦੀ ਹੈ, ਜੇ ਉਹਨੂੰ ਨਹੀਂ ਮਿਲਦਾ ਤੇ ਉਹ ਨਰਕ ਵਿੱਚ ਜਾਏਗਾ। ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਵਾਲਿਆਂ ਨੇ ਉਹਨਾਂ ਨੇ ਉਹ ਲਾਈਨਾਂ ਛਾਪ ਦਿੱਤੀਆਂ ਕਿ ਦੇਖੋ ਕਿਤਨਾ ਅਸ਼ਲੀਲ ਹੈ, ਉਹਦੀਆਂ ਅਗਲੀਆਂ ਲਾਈਨਾਂ ਨਹੀਂ ਦਿੱਤੀਆਂ। ਇੱਕ ਸੰਵਾਦ ਹੈ, ਚਾਰ ਲਾਈਨਾਂ ਦਾ ਇੱਕ ਬੰਧ ਬਣਦਾ, ਉਹਦੇ ਚ ਲਿਖਿਆ ਕਿ ਜੇ ਕੋਈ ਵਿਅਕਤੀ ਐਸੀ ਗੱਲ ਸੋਚਦਾ ਵੀ ਹੈ ਉਹਦਾ ਘੋਰ ਨਰਕ ਵਿੱਚ ਜਾਣ ਲੱਗਿਆ, ਇੱਕ ਸੈਕਿੰਡ ਦਾ ਟਾਈਮ ਨਹੀਂ ਲੱਗੇਗਾ। ਚਰਿਤਰੋਪਾਖਿਆਨ ਨਿਤ ਸਾਡੀ ਅੰਮ੍ਰਿਤ ਸੰਚਾਰ ਦੀ ਬਾਣੀ ਦਾ ਸਰੋਤ ਹੈ, ਜਿਹੜਾ ਸਰੋਤ ਸਾਡੀ ਅੰਮ੍ਰਿਤ ਦੀ ਬਾਣੀ, ਉਹਦੇ ਚ ਹੈਗਾ ਕੀ ਹੈ, ਉਹਦੇ ਵਿੱਚ ਇਹ ਹੈ, ਕਹੋ ਮਿਸਰ ਆਗੇ ਕਹਾਂ ਜਵਾਬ ਦੇ ਹੋ, ਜਵੇ ਕਾਲ ਕੇ ਜਾਲ ਮੈਂ ਫਾਸ ਜੈ ਹੋ। ਜਦੋਂ ਤੈਨੂੰ ਕਾਲ ਨੇ ਘਸੀਟਣਾ ਤਬ ਤੂੰ ਕੋ ਪੁਸਤਕ ਕਰ ਲੈ ਹੋ, ਭਾਗਵਤ ਪੜੋ ਕੇ ਗੀਤਾ ਗਏ ਹੋ। ਉਹਦੇ ਚ ਲਿਖਿਆ ਮਾਟੀ ਕੇ ਲਿੰਗ ਬਣਾਏ ਕੇ ਪੂਜਤ ਤੋ ਮੈਂ ਕਹੋ ਤੁਮ ਕਾ ਸਿਧ ਪਾਈ, ਜੋ ਨਿਰਜੋਤ ਭਇਓ ਜਗ ਭੀਤਰ ਤਾਹੀ ਕੇ ਆਗੇ ਲੈ ਜੋਤ ਜਗਾਈ। ਉਹਦੇ ਵਿੱਚ ਇਹ ਲਿਖਿਆ ਮੇਰੇ ਤੇ ਤਾਂ ਕੁੜਦੇ ਹੈ ਕਿਉਂਕਿ ਮੈਂ ਇਹ ਕਹਿੰਦਾ ਕਿ ਇਹ ਹਿੰਦੂ ਕਿਉਂ ਕਰੁਜਦੇ ਹੈ, ਕਿਉਂਕਿ ਇਹ ਸਾਰੀ ਬਾਣੀ ਜਿਹੜੀ ਹੈ ਦਸਮ ਇਹਦੇ ਇਹਨਾਂ ਦੇ ਵਿਰੁੱਧ ਜਾਂਦੀ ਹੈ। ਐਕਚੁਲੀ ਜਿਹੜਾ ਹੈ ਰੋਲਾ ਪਾਣਾ, ਜਿਵੇਂ ਚੋਰ ਦੀ ਗੱਲ ਮੈਂ ਸ਼ੁਰੂ ਚ ਕੀਤੀ ਸੀ, ਚੋਰ ਮਚਾਏ ਸ਼ੋਰ ਵਾਲੀ ਗੱਲ, ਦਸਮ ਗ੍ਰੰਥ ਚਰਿਤਰੋ ਵਾਖਿਆਨ ਐਬਸੋਲਿਊਟਲੀ ਖਾਲਸੇ ਨੂੰ ਨਿਆਰਾਪਨ ਬਖਸ਼ਦਾ। ਉਹਦੇ ਚ ਇੱਕ ਤੁਕ ਮੈਂ ਦੇ ਦਿਆਂ ਕਿ ਖੜਗ ਹਾਥ ਜਿਨ ਤਜੋ ਖੜਗ ਧਾਰਾ ਸਹੋ, ਜਿਹੜੇ ਵਿਅਕਤੀਆਂ ਦਾ ਹੱਥ ਤਲਵਾਰ ਦੇ ਦਸਤੇ ਤੋਂ ਹਟ ਜਾਏਗਾ ਉਹ ਤਲਵਾਰ ਉਹਨਾਂ ਦੀ ਗਰਦਨ ਤੇ ਜਾਏਗੀ। ਇਹ ਚਰਿਤਰੋ ਵਾਖਿਆਨ ਦਾ ਐਸੈਂਸ ਹੈ ਬਿਲਕੁਲ। ਹੁਣ ਉਹਦੇ ਵਿੱਚੋਂ ਇੱਕ ਅੱਧੀ ਲਾਈਨ ਚੁੱਕ ਕੇ, ਜਿਵੇਂ ਗੁਰਬਾਣੀ ਦੇ ਵਿੱਚ ਨਾਨਾ ਜੀ ਆਨੰਦ ਮਿਲੋ ਆਨੰਦ ਕਰੋ ਮਿਲ ਸੁੰਦਰ ਨਾਰੀ, ਉਹ ਲਾਈਨ ਚੁੱਕੀ ਜਾਏ ਤੇ ਫਿਰ ਕਰੀ ਜਾਏ, ਇਹ ਉਦਾਂ ਦੀ ਸ਼ਰਾਰਤ ਹੈ ਬਿਲਕੁਲ। ਇਹ ਗੱਲ ਨੂੰ ਕਿਉਂਕਿ ਇਹਦੇ ਤੇ ਬਹੁਤ ਗੱਲਾਂ ਹੋ ਸਕਦੀਆਂ ਨੇ, ਐਡੀ ਵੱਡਾ ਗ੍ਰੰਥ ਹੈ ਤੇ ਇਹਦੇ ਚ, ਲੇਕਿਨ ਦੂਜਾ ਵੀ ਕੀ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਸ ਨੂੰ ਗੁਰੂ ਨੇ ਜੀ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜਾਇਆ ਜੀ, ਉਹਦੇ ਬਰਾਬਰ ਕੋਈ ਗ੍ਰੰਥ ਜਦੋਂ ਭਾਵੇਂ ਉਹ ਸ੍ਰੀ ਦਸਮ ਗ੍ਰੰਥ ਹੈ ਜੀ, ਉਸ ਦੀ ਜਦੋਂ ਪ੍ਰਕਾਸ਼ ਹੁੰਦਾ ਉਹਨੂੰ ਜਸਟੀਫਾਈ ਕਰਦੇ ਆ। ਬਿਲਕੁਲ, ਤੁਹਾਨੂੰ ਦੱਸਦਿਆਂ ਬੜੇ ਸਪਸ਼ਟ ਦੋਨੋਂ ਹੱਥ ਖੜੇ ਕਰਕੇ, ਸਿੱਖਾਂ ਦਾ ਗੁਰੂ ਕੇਵਲ 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 ਚੰਵਰ ਛਤਰ ਦਾ ਮਾਲਕ ਕੇਵਲ ਔਰ ਕੇਵਲ ਔਰ ਕੇਵਲ ਗੁਰੂ ਗ੍ਰੰਥ ਸਾਹਿਬ ਹੈ, ਦੂਸਰਾ ਨਹੀਂ ਹੋ ਸਕਦਾ। ਜਿਹੜਾ ਇਸ ਗੱਲ ਦੇ ਉੱਤੇ ਜ਼ਰਾ ਜਿਹਾ ਵੀ ਕਿੰਤੂ ਪਰੰਤੂ ਕਰਦਾ ਉਹ ਸਿੱਖ ਨਹੀਂ ਹੈ। ਪਰ ਗੁਰੂ ਦਸਮ ਗ੍ਰੰਥ ਦੇ ਪ੍ਰਕਾਸ਼ ਦੀ ਗੱਲ ਜਿਹੜੀ ਆਉਂਦੀ ਹੈ, ਪ੍ਰਕਾਸ਼ ਕਰਨਾ ਤੁਸੀਂ ਸਮਝਦੇ ਹੋ ਕਿਸੇ ਗੱਲ ਨੂੰ ਖੋਲਣਾ ਪੜ੍ਹਨਾ। ਮੈਂ ਸੰਤ ਸਿਪਾਹੀ ਦਾ ਪ੍ਰਕਾਸ਼ਕ ਹਾਂ, ਉਹਦੇ ਚ ਸਿੱਖ ਰਹਿਤ ਮਰਿਆਦਾ ਇਹਨਾਂ ਦੇ ਮਤੇ ਹੈ ਕਿ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਜਾ ਸਕਦਾ, ਉਹਨੂੰ ਪੜ੍ਹਿਆ ਜਾ ਸਕਦਾ, ਸਮਝਿਆ ਜਾ ਸਕਦਾ। ਬਾਪ ਮੇਰਾ ਇੱਕ ਹੈ ਦੋ ਨਹੀਂ ਹੋ ਸਕਦੇ, ਪਰ ਉਹਦਾ ਇਹ ਮਤਲਬ ਨਹੀਂ ਮੈਂ ਆਪਣੇ ਚਾਚੇ ਤਾਇਆ ਨੂੰ ਗੁਆਂਢੀਆਂ ਨੂੰ ਮੈਂ ਗਾਲਾਂ ਕੱਢਾਂ। ਇੱਥੇ ਬਿਲਕੁਲ ਤੁਹਾਡੀ ਗੱਲ, ਇੱਥੇ ਕਿਹਦੇ ਨਾਲ ਰਲਦਾ ਸਵਾਲ, ਕਿਉਂਕਿ ਬਾਕੀ ਤਾਂ ਮੈਨੂੰ ਲੱਗਦਾ ਕਿ ਇਸ ਵਿਸ਼ੇ ਨੂੰ ਕਿਸੇ ਹੋਰ ਦੇ ਨਾਲ ਆਪਾਂ ਲਵਾਂਗੇ ਅੱਜ ਤੱਕ, ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਦੇ ਹਵਾਲੇ ਨਾਲ ਗੱਲ ਹੋ ਰਹੀ ਸੀ, ਪਰ ਕਿਉਂਕਿ ਤੁਸੀਂ ਇਸ ਨੂੰ ਜਸਟੀਫਾਈ ਕਰ ਰਹੇ ਹੋ, ਜਿਹੜੇ ਵਿਰੋਧੀ ਨੇ ਜੀ ਜਾਂ ਇਸ ਕਿਸਮ ਦਾ ਪ੍ਰਚਾਰ ਹੈ, ਉਹਦੇ ਚ ਇੱਕ ਗੱਲ ਇਹ ਵੀ ਆਉਂਦੀ ਹੈ ਵੀ ਜਿੱਥੇ ਇਹ ਦਸਮ ਗ੍ਰੰਥ ਦਾ ਪ੍ਰਕਾਸ਼ ਕੀਤਾ ਗਿਆ ਨੰਦੇੜ ਸਾਹਿਬ ਦੇ ਵਿੱਚ, ਮੈਂ ਦੇਖਿਆ ਨਹੀਂ, ਲੇਕਿਨ ਕਿਹਾ ਗਿਆ ਕਿ ਚਿਤਰੋਪਖਿਆਨ ਦੇ ਵਿੱਚ ਉਸ ਥਾਂ ਤੇ ਜਿੱਥੇ ਵੀ ਕਿਸੇ ਅਸ਼ਲੀਲ ਜਾਂ ਜਿਹਨੂੰ ਲੱਗਿਆ ਉੱਥੇ ਚੇਪੀਆਂ ਲਾ ਦਿੱਤੀਆਂ। ਗੱਲ ਇਹ ਹੈ, ਗੱਲ ਇਹ ਹੈਗੀ ਹੈ, ਇਹ ਗੱਲ ਹੈ ਸਹੀ, ਮੈਂ ਤੁਹਾਨੂੰ ਦੱਸਣ ਲੱਗਾ। ਪਹਿਲੀ ਗੱਲ ਤੇ ਹੈਗੀ ਹੈ ਕਿ ਤਖਤ ਦੇ ਉੱਤੇ ਤਖਤਾਂ ਦੀ ਔਰ ਦੋਨਾਂ ਦੀ ਫਰਕ ਸਮਝ ਲਓ। ਹਜ਼ੂਰ ਸਾਹਿਬ ਦੇ ਵਿੱਚ 37 ਤੋਂ ਵੱਧ ਗੁਰਦੁਆਰੇ ਹੈ ਜੀ, ਪਟਨਾ ਸਾਹਿਬ ਦੇ 9-10 ਗੁਰਦੁਆਰੇ ਹੈ, ਕਿਸੇ ਹੋਰ ਗੁਰਦੁਆਰੇ ਦਸਮ ਦਾ ਪ੍ਰਕਾਸ਼ ਨਹੀਂ ਹੈ। ਪਰ ਜਿਹੜੇ ਅਸਥਾਨ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੁੜੇ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਦੀ ਬਾਣੀ ਹੋਣ ਕਰਕੇ ਉਹਨਾਂ ਦਾ ਪਠਨ ਪਾਠਨ ਪਾਠ ਉੱਥੇ ਕੀਤਾ ਜਾਂਦਾ, ਅਧਿਐਨ ਕੀਤਾ ਜਾਂਦਾ। ਇਹ ਜਿਹੜੀ ਤੁਸੀਂ ਗੱਲ ਕਰ ਰਹੇ ਹੋ, ਜਿਹਨੇ ਉਹਦੇ ਦਰਸ਼ਨ ਕੀਤੇ ਹੋਣਗੇ, ਪ੍ਰੋਫੈਸਰ ਦਰਸ਼ਨ ਸਿੰਘ ਉੱਥੇ ਕਈ ਵਾਰ ਗਏ ਸੀ, ਕੀਰਤਨ ਵੀ ਕੀਤਾ ਸੀ, ਪਟਨਾ ਸਾਹਿਬ ਵੀ ਕੀਤਾ, ਉਸ ਵੇਲੇ ਇਹਨਾਂ ਨੇ ਭਾਵੇਂ ਕੀਤੇ ਹੋਣ। ਬਾਕੀ ਇਹਨਾਂ ਨੇ ਇੱਕ ਗੱਲ ਕਹਿ ਦਿੱਤੀ, ਇਹਨਾਂ ਨੂੰ ਪੁੱਛਿਆ ਕਿ ਤੁਸੀਂ ਪਹਿਲੇ ਉਹਦੇ ਦਰਸ਼ਨ ਕੀਤੇ, ਕਹਿੰਦੇ ਮੈਨੂੰ ਨਹੀਂ ਸੀ ਪਤਾ ਉੱਥੇ ਹੈਗਾ। ਫਿਰ ਇਹਨਾਂ ਪੁੱਛਿਆ ਕਿ ਤੁਸੀਂ ਪਹਿਲਾਂ ਉਹਦਾ ਕੀਰਤਨ ਕਰਦੇ ਰਹੇ ਹੋ, ਕਹਿੰਦੇ ਗੱਲ ਇਹ ਹੈ ਕਿ ਪਹਿਲਾਂ ਮੈਂ ਰਾਗੀ ਸੀ, ਰਾਗੀ ਨੂੰ ਕੀ ਪਤਾ ਹੁੰਦਾ, ਚਾਰ ਸ਼ਬਦ ਯਾਦ ਕਰਦਾ ਰਾਗੀ ਬਣ ਜਾਂਦਾ, ਹੁਣ ਗੁਰੂ ਦੀ ਕਿਰਪਾ ਨਾਲ ਮੈਂ ਫਿਲਾਸਫਰ ਹਾਂ। ਸੋ ਜੇ ਇਹ ਫਿਲਾਸਫੀ, ਇਹਨੂੰ ਕਹਿੰਦੇ ਬੁੱਧੀਜੀਵੀ, ਪੌਰ ਸਾਹਿਬ ਕਹਿੰਦੇ ਆ, ਜਿਹਦੀ ਬੁੱਧੀ ਜੀ ਪੈ ਜਾਣ ਉਹ ਬੁੱਧੀਜੀਵੀ ਹੁੰਦਾ। ਸੋ ਦੇਖੋ, ਮੈਂ ਕਿਸੇ ਬਾਰੇ ਇਹ ਗੱਲ ਤਾਂ ਤੁਹਾਡੇ ਕਿਸੇ ਬਾਰੇ ਨਹੀਂ ਕਹਿ ਰਿਹਾ, ਤੇ ਮੈਂ ਕਿਉਂਕਿ ਆ ਜਿਹੜੇ ਤੁਸੀਂ ਗੱਲਾਂ ਕਰ ਰਹੇ ਹੋ, ਇਹ ਗੱਲਾਂ ਮੈਂ ਪ੍ਰੋਫੈਸਰ ਦਰਸ਼ਨ ਸਿੰਘ ਨਾਲ ਇਸੇ ਪਲੇਟਫਾਰਮ ਤੋਂ ਕੀਤੀਆਂ ਨੇ, ਤੇ ਉਹ 90 ਤੋਂ ਲੈ ਕੇ ਵੀ ਤੁਸੀਂ 2008 ਤੱਕ ਕਿਉਂ ਰਹੇ ਸਾਰੇ ਗੱਲਾਂ, ਕਿਉਂਕਿ ਤੁਸੀਂ ਇਸ ਐਪੀਸੋਡ ਦਾ ਹਿੱਸਾ ਸੀ। ਇਸ ਐਪੀਸੋਡ ਦੇ ਵਿੱਚ ਗੱਲ ਤੁਹਾਤੋਂ ਸ਼ੁਰੂ ਹੋਈ ਕਿ ਗੁਰਚਰਨਜੀਤ ਸਿੰਘ ਲਾਂਬਾ ਨੇ ਸੀਡੀ ਟੈਂਪਰ ਕੀਤੀ ਤੇ ਲੈ ਕੇ ਆਏ, ਤੇ ਪਿਆਰੇ ਦਰਸ਼ਕੋ, ਕਿਉਂਕਿ ਅਸੀਂ ਇੱਕ ਪੱਖ ਸੁਣਿਆ ਸੀ ਪ੍ਰੋਫੈਸਰ ਦਰਸ਼ਨ ਸਿੰਘ ਦਾ, ਉਹਨਾਂ ਨਾਲ ਅਸੀਂ ਗੱਲਾਂ ਕੀਤੀਆਂ ਸੀ, ਉਹਨਾਂ ਨੇ ਬਹੁਤ ਹੀ ਉੱਚੀ ਸੁਰ ਦੇ ਵਿੱਚ ਆਪਣੇ ਸ਼ੁਰੂ ਦੇ ਵਿੱਚ ਇਹ ਇਲਜ਼ਾਮ ਲਾਇਆ ਸੀ ਕਿ
ਗੁਰਚਰਨਜੀਤ ਸਿੰਘ ਲਾਂਬਾ ਨੇ ਇਹ ਸਾਰਾ ਜਿਹੜਾ ਵਿਵਾਦ ਖੜਾ ਕਰਨ ਦੇ ਲਈ ਮੇਰੀ ਸੀਡੀ ਨੂੰ ਟੈਂਪਰ ਕੀਤਾ ਤੇ ਅੱਜ ਗੁਰਚਰਨਜੀਤ ਸਿੰਘ ਲਾਂਬਾ ਨੂੰ ਅਸੀਂ ਤੁਹਾਡੇ ਰੂਬਰੂ ਕੀਤਾ ਸਿਰਫ ਇਸ ਕਰਕੇ ਕਿ ਉਹ ਆਪਣਾ ਪੱਖ ਦੱਸ ਸਕਣ। ਉਹਨਾਂ ਨੇ ਆਪਣਾ ਪੱਖ ਦੱਸਿਆ, ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ, ਉਸ ਤਰ੍ਹਾਂ ਦੀ ਸੀਡੀ ਜਿਹੜੀ ਹੈ ਕਿਉਂਕਿ ਇਹਨਾਂ ਨੇ ਇੱਕ ਐਂਕਰਿੰਗ ਕਰ ਰਹੇ ਸੀ ਪ੍ਰੋਗਰਾਮ ਦੀ, ਉਹਦੇ ਬਾਰੇ ਵੀ ਇਹਨਾਂ ਨੇ ਬੜੇ ਵਿਸਥਾਰ 'ਚ ਦੱਸਿਆ ਕਿ ਉੱਥੇ ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੂੰ ਉਹਨਾਂ ਦਾ ਪੱਖ ਪੇਸ਼ ਕਰਨ ਲਈ ਕਿਹਾ ਗਿਆ। ਉਸ ਤੋਂ ਬਾਅਦ ਥੋੜ੍ਹੀਆਂ ਬਹੁਤੀਆਂ ਗੱਲਾਂ ਜਿਹੜੀਆਂ ਅਸੀਂ ਸਿਆਸਤ ਦੇ ਕੀਤੀਆਂ ਅਤੇ ਕਾਫੀ ਹੱਦ ਤੱਕ ਉਹ ਇਹ ਐਗਰੀ ਕਰ ਰਹੇ ਨੇ ਕਿ ਅੱਜ ਦਾ ਵਿਵਾਦ ਜਿਹੜਾ ਹੈ ਉਹ ਸਿਆਸੀ ਵਿਵਾਦ ਹੈ, ਕਿਉਂਕਿ ਮੈਂ ਬਹੁਤ ਵਾਰੀ ਇਹ ਗੱਲ ਕਹੀ ਹੈ ਕਿ ਘੱਟੋ ਘੱਟ ਸਿਆਸਤ ਤਾਂ ਹੁਣ ਸਾਡੇ, ਕਿਉਂਕਿ ਅਸੀਂ ਲੋਕਤੰਤਰ 'ਚ ਰਹਿੰਦੇ ਹਾਂ, ਸਿਆਸਤ ਤਾਂ ਸਾਡੇ ਜਿਹੜੇ ਖੂਨ 'ਚ ਹੋਣੀ ਵੀ ਚਾਹੀਦੀ ਹੈ ਵੀ, ਲੇਕਿਨ ਅਸੀਂ ਆਪਣੀ ਇਸ ਕੌਮ ਨੂੰ ਵੰਡੀਆਂ ਪਾਉਣ ਲਈ ਇਸ ਦਾ ਸਿਆਸੀਕਰਨ ਨਾ ਕਰੀਏ, ਆਪਣੇ ਗ੍ਰੰਥਾਂ ਦਾ ਸਿਆਸੀਕਰਨ ਨਾ ਕਰੀਏ। ਜੇ ਕਿਤੇ ਵਿਚਾਰਾਂ ਦਾ ਮਤਭੇਦ ਹੈ ਤਾਂ ਉਹਨੂੰ ਸੰਵਾਦ ਨਾਲ, ਉਹਨੂੰ ਬੈਠ ਕੇ ਬੁੱਧੀਜੀਵੀ, ਉਹਨੂੰ ਬੈਠ ਕੇ ਲੋਕ ਜਿਹੜਾ ਹੈ ਵਿਚਾਰ ਸਕਦੇ ਨੇ ਅਤੇ ਲੋਕਾਂ ਨੂੰ ਜਿਹੜਾ ਹੈ, ਕਿਉਂਕਿ ਲੋਕਾਂ ਨੇ ਜ਼ਿਆਦਾ ਗਿਣਤੀ 'ਚ ਲੋਕਾਂ ਨੇ ਦਸਮ ਗ੍ਰੰਥ ਨਹੀਂ ਪੜ੍ਹਿਆ, ਮੇਰਾ ਖਿਆਲ ਹੈ ਕਿ ਉਹਨਾਂ ਨੂੰ ਜ਼ਰੂਰ ਪੜ੍ਹ ਕੇ ਇਸ ਦਾ ਨਿਰਣਾ ਕਰਨਾ ਚਾਹੀਦਾ ਤਾਂ ਕਿ ਜਿਹੜੇ ਉਹਨਾਂ ਨੂੰ, ਚਾਹੇ ਕੋਈ ਵੀ ਹੈ, ਕਿਹੜੀ ਮਰਜ਼ੀ ਧਿਰ ਹੈ, ਉਹਨਾਂ ਨੂੰ ਜਿਹੜੀ ਬਿਨਾਂ ਪੜ੍ਹੇ ਉਹਨਾਂ ਨੂੰ ਅੱਗੇ ਲਾ ਲੈਂਦੀ ਹੈ ਜਾਂ ਪਿੱਛੇ ਲਾ ਲੈਂਦੀ ਹੈ, ਉਹਦੇ ਲਈ ਉਹ ਖੁਦ ਨਿਰਣਾ ਕਰ ਸਕਣ। ਵਾਹਿਗੁਰੂ ਸਾਨੂੰ ਇਸ ਕਿਸਮ ਦੀ ਮਤ ਦੇਵੇ। ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ, ਮੈਂ 80 ਤੋਂ ਵੱਧ ਪ੍ਰੋਗਰਾਮ ਦਿੱਤੇ, ਇੱਕ ਪ੍ਰੋਗਰਾਮ ਕੀਤਾ ਉਹ ਹਾਲੇ ਤੱਕ ਚੱਲੀ ਜਾ ਰਿਹਾ, ਮੈਂ ਹੋਰ ਵੀ ਦਿੱਤੇ, ਉਹਦੇ ਤੇ ਵੀ ਕਦੀ ਗੱਲ ਕਰ ਲੈਣ। ਬਾਕੀ ਕੋਈ ਸਿਆਸਤ ਨਹੀਂ ਹੈ ਮੇਰੀ ਤਰਫੋਂ, ਨਿਰੋਲ ਸ਼ਰਧਾ ਸਤਿਕਾਰ ਬਾਣੀ ਪ੍ਰਤੀ ਹੈ, ਹੋਣਾ ਚਾਹੀਦਾ। ਜਿਹੜੀ ਸ੍ਰੀ ਦਸਮ ਗ੍ਰੰਥ ਖਾਲਸੇ ਦੀ ਸਿਰਜਣਾ ਦੇ ਸਰੋਤ ਹੈ ਗੁਰੂ ਗ੍ਰੰਥ ਸਾਹਿਬ, ਇਹਦੇ ਪ੍ਰਤੀ ਸਤਿਕਾਰ ਹੋਣਾ ਚਾਹੀਦਾ, ਇੰਨੀ ਮੇਰੀ ਬੇਨਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।